सुन रहे रेडियो चंद परदेसी। शिकागो दा 24 घंटे 7 दिन चलन वाला। हेलो सर। हेलो जी। जी मेरा ख्याल है किसी वजह करके मैं लगती मेरी एक स्विच जेड़ी सी ऑफ रहेगी। मैं थोड़ी इंट्रोडक्शन दिती है और आज दे टॉपिक बारे के है हुण मेरा ख्याल थोड़े नाल बन गया जेड़ा वजह चंगा है। सो मैं अपने दारा चंद परदेसी वालों और देश विदेश दे जुड़े हुए स्रोतियां वालों थोड़ा इस मंच दे उपर आउण लई धन्नवाद अते जी आया नूं अज थोड़े कोलों सुनना चाहांगे के नवे साल दा जिहड़ी शुरुआत है उहदे विच तुहाडा कहना है कि असी समाज नूं भी कुछ ना कुछ वापस देईए और उसका संकल्प करिए। सो ये सारी गलबात तुहाडे कोलों सुनना चाहवांगे। जिस नुक्ते वितों भी चाहो तुसीं अपनी गल जिहड़ी हैगी है शुरू कर सकदे हो। जी आयां नूं जी। सब तो पहला तो मेरे सारे स्रोता जन रेडियो चंद परदेसी की पूरी टीम नूं प्यार भरी सत श्री अकाल जिन्होंने एक मंच दिता मैनू अज इस नवेकले ते बहुत जिहड़ा कीमती विशा गए इसते असीं अज गल करनी हैगी है। ते जिहड़े भी स्रोते सानू देशां विदेशां विच दूरों दूरों सुन रहे हैगे उहनां दा मैं स्वागत कर दांगा और उहनां दा धन्नवाद भी कर दांगा कि उह अपना कीमती समां कढ के साडे जिहड़ी इह चर्चा हैगी है विचार है इहनूं सुणन। और मैं उम्मीद ही करूंगा कि जेडे साडे स्रोता जन इन्ने संवेदनशील हैगे इन्ने पढ़े लिखे हैगे समझदार हैगे ओ इस नुक्ते नूं अज अपने नाल कैरी करन अपने नाल लेके जान और समाज दे विच इस नवी जिहड़ी सोच है साडी जो असीं अज गल करांगे इस नूं नवी पिरत पाउण दी कोशिश करन। तां जिस तरह सानूं पता गया कि 2023 दा आगाज़ हो चुक्या है वैसे तां कहिंदे आ कि जिहड़ा नवां जदों वी दिन चढ़ेगा ਜਿਹੜਾ ਨਵਾਂ ਦਿਨ ਆ ਉਹ ਨਵੀਆਂ ਉਮੰਗਾਂ ਸੁਪਨੇ ਤੇ ਉਹ ਲੈ ਕੇ ਆਉਂਦਾ ਹੈਗਾ ਤੇ ਸਵੇਰੇ ਉੱਠਣ ਸਾਰ ਅਸੀਂ ਆਪਣਾ ਜਿਹੜਾ ਸਫ਼ਰ ਹੈਗਾ ਰੋਜ਼ਾਨਾ ਦੇ ਕੰਮ ਕਾਜ ਹੈਗੇ ਉਸ ਨੂੰ ਅਸੀਂ ਵਿਉਂਤਦੇ ਹਾਂਗੇ ਉਸਦੇ ਹਿਸਾਬ ਨਾਲ ਆਪਣਾ ਜਿਹੜਾ ਦਿਨ ਹੈਗਾ ਉਹਨੂੰ ਵਿਉਂਤ ਕੇ ਅੱਗੇ ਤੁਰਦੇ ਹਾਂਗੇ। ਤੇ ਇਹ ਸਿਲਸਿਲਾ ਜਿਹੜਾ ਹੈਗਾ ਗਾ ਜਦੋਂ ਤੱਕ ਅਸੀਂ ਬੈੱਡ ਤੇ ਨਹੀਂ ਜਾਂਦੇ ਮਤਲਬ ਸੌਣ ਤੇ ਲਈ ਨਹੀਂ ਜਾਂਦੇ ਗੇ ਉਦੋਂ ਤੱਕ ਇਹ ਚੱਲਦਾ ਹੈਗਾ ਤੇ ਅਗਲੇ ਦਿਨ ਤਾਂ ਫਿਰ ਉਹੀ ਯਾਤਰਾ ਜਿਹੜੀ ਇਹ ਚੱਲਦੀ ਹੈਗੀ। ਤੇ ਜਿਸ ਤਰ੍ਹਾਂ ਸਾਨੂੰ ਪਤਾ ਗਾ ਕਿ ਜਦੋਂ ਵੀ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਤਾਂ ਉਹਦੀ ਪਲੈਨਿੰਗ ਉਹਦੀ ਜਿਹੜੀ ਯੋਜਨਾ ਹੈਗੀ ਉਹ ਬਹੁਤ ਪਹਿਲਾਂ ਕਰਨੀ ਪੈਂਦੀ ਹੈਗੀ। ਇਸੇ ਤਰ੍ਹਾਂ ਹੀ ਜੇ ਅਸੀਂ ਕਿਸੇ ਰਾਹ ਨੂੰ ਜਾਂ ਕੋਈ ਮੰਜ਼ਿਲ ਪਾਉਣੀ ਹੈਗੀ ਉਹਦੇ ਰਸਤੇ ਨੂੰ ਨਿਬੇੜਨਾ ਤਾਂ ਸਾਨੂੰ ਚੱਲਣਾ ਪਏਗਾ। ਸੋ ਇਸ ਕਰਕੇ ਉਹ ਯੋਜਨਾ ਉਸ ਰਸਤੇ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ ਤੇ ਉਸ ਕਰਕੇ ਹੀ ਇਹ ਜਿਹੜਾ ਅਸੀਂ ਨਵੇਂ ਸਾਲ ਦੇ ਵਿੱਚ ਜਿਹੜੇ 365 ਦਿਨ ਹੈਗੇ ਜਾਂ ਕਹਿ ਲਈਏ 365 ਮੌਕੇ ਆ ਸਾਡੇ ਕੋਲ ਆਪਣੇ ਸਮਾਜ ਨੂੰ ਆਪਣੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਕਿਉਂਕਿ ਜੇ ਸਾਡਾ ਸਮਾਜ ਬਿਹਤਰ ਹੋਏਗਾ ਤਾਂ ਹੀ ਜਿਹੜੀ ਸਾਡੀ ਜ਼ਿੰਦਗੀ ਹੈਗੀ ਸਾਡੇ ਸਮਾਜ ਦੇ ਵਿੱਚ ਜੋ ਵੀ ਅਸੀਂ ਸਮਾਜ ਨੂੰ ਇੱਕ ਚੰਗੀ ਚੀਜ਼ ਦੇਵਾਂਗੇ ਤਾਂ ਹੀ ਜਿਹੜਾ ਸਾਡਾ ਭਾਈਚਾਰੇਗਾ ਜਾਂ ਅਸੀਂ ਸਾਡੀ ਜ਼ਿੰਦਗੀ ਵੀ ਇੱਕ ਬਿਹਤਰ ਹੋ ਸਕੇਗੀ। ਤਾਂ ਜਿਸ ਤਰ੍ਹਾਂ ਮੈਂ ਗੁਰਬਚਨ ਮਾਨ ਸਾਹਿਬ ਨੇ ਇੰਟਰੋਡਕਸ਼ਨ ਦੇ ਵਿੱਚ ਹੀ ਦੱਸ ਦਿੱਤਾ ਸੀ ਕਿ ਜਿਸ ਤਰ੍ਹਾਂ ਕਿ ਨਵਾਂ ਵਰ੍ਹਾ ਆ ਚੁੱਕਿਆ ਹੈਗਾ ਨਵੇਂ ਵਰ੍ਹੇ ਨੇ ਸਾਡੀ ਬੂਹਾਂ ਤੇ ਜਿਵੇਂ ਦਸਤਕ ਦੇ ਦਿੱਤੀ ਹੈਗੀ ਤੇ ਜਿਸ ਤਰ੍ਹਾਂ ਕਹਿੰਦੇ ਆ ਕਿ ਜਦੋਂ ਤੂੰ ਸਾਡੇ ਘਰੇ ਮਹਿਮਾਨ ਆਉਂਦਾ ਹੈਗਾ ਤਾਂ ਸਾਡਾ ਜਿਹੜਾ ਜਿਹੜੀ ਸਾਡੀ ਸੰਸਕ੍ਰਿਤੀ ਹੈਗੀ ਜਿਹੜਾ ਸਾਡਾ ਕਲਚਰ ਹੈ ਜਿਹੜਾ ਸਾਡਾ ਸੱਭਿਆਚਾਰ ਹੈਗਾ ਉਹ ਇਹੀ ਸਿਖਾਉਂਦਾ ਹੈਗਾ ਕਿ ਕੋਈ ਨਵਾਂ ਮਹਿਮਾਨ ਆਉਂਦਾ ਘਰੇ ਤਾਂ ਅਸੀਂ ਉਹਦਾ ਸਵਾਗਤ ਬਾਹਾਂ ਖੋਲ ਕੇ ਕਰਦੇ ਔਰ ਵੈਸੇ ਵੀ ਜਿਹੜੇ ਸਾਡੇ ਪੰਜਾਬੀ ਹੈ ਇਹ ਮਹਿਮਾਨ ਨਵਾਜ਼ੀ ਲਈ ਬਹੁਤ ਜਾਣੇ ਜਾਂਦੇ ਹੈਗੇ। ਇਹਨਾਂ ਦੀ ਜਿਹੜੀ ਮਹਿਮਾਨ ਨਵਾਜ਼ੀ ਹੈ ਉਹ ਦੁਨੀਆਂ ਦੇ ਵਿੱਚ ਪ੍ਰਸਿੱਧ ਹੈਗੀ ਇਸ ਨੂੰ ਸਾਰੇ ਜਾਣਦੇ ਹੈਗੇ। ਤਾਂ ਜੇਕਰ ਕਹਿੰਦੇ ਆ ਕੋਈ ਨਵੀਂ ਚੀਜ਼ ਮੰਨ ਲਓ ਅਸੀਂ ਕੋਈ ਚੀਜ਼ ਨਵੀਂ ਖਰੀਦੀ ਹੈ ਜਾਂ ਸਾਡੇ ਘਰੇ ਕੋਈ ਨਵੀਂ ਚੀਜ਼ ਹੈ ਤਾਂ ਉਹਦੀ ਜਗ੍ਹਾ ਪ੍ਰਬੰਧ ਵਾਸਤੇ ਮਤਲਬ ਉਹਨੂੰ ਸਹੀ ਜਗ੍ਹਾ ਟਿਕਾਉਣ ਵਾਸਤੇ ਜੋ ਉਸਦੀ ਜਗ੍ਹਾ ਸਹੀ ਤਾਂ ਉਸ ਲਈ ਜਗ੍ਹਾ ਦੀ ਤਾਂ ਜ਼ਰੂਰਤ ਪੈਂਦੀ ਹੈਗੀ ਤੇ ਉਸ ਜਗ੍ਹਾ ਬਣਾਉਣ ਵਾਸਤੇ ਜੇ ਕੋਈ ਘਰੇ ਫਾਲਤੂ ਸਮਾਨ ਪਿਆ ਰੱਦੀ ਪਿਆ ਹੈਗਾ ਕਚਰਾ ਪਿਆ ਹੈਗਾ ਉਹਨੂੰ ਅਸੀਂ ਬਾਹਰ ਕੱਢਦੇ ਹਾਂਗੇ ਜਿਸ ਤਰ੍ਹਾਂ ਇਹ ਸਮਾਜਗਾ। ਤਾਂ ਜਦੋਂ ਨਵਾਂ ਸਾਲ ਆ ਗਿਆ ਤਾਂ ਫਿਰ ਜਿਹੜੀਆਂ ਨਵੀਆਂ ਉਮੰਗਾਂ ਤਿਰੰਗਾ ਇਹ ਮਹਿਮਾਨ ਹੈ ਇਹ ਬੜਾ ਕੁਛ ਨਵਾਂ ਲੈ ਕੇ ਆਉਂਦਾ ਹੈਗਾ ਹਰ ਸਾਲ ਹੀ ਨਵਾਂ ਕੁਛ ਲੈ ਕੇ ਆਉਂਦਾ ਔਰ ਬੜਾ ਕੁਛ ਦੇ ਕੇ ਜਾਂਦਾ ਹੈਗਾ। ਇਸ ਲਈ ਸੰਕਲਪ ਲਾਜ਼ਮੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪੁਰਾਣੇ ਤੇ ਘਟੀਆ ਵਿਚਾਰ ਹੈਗੇ ਉਹਨਾਂ ਦਾ ਤਿਆਗ ਕੀਤਾ ਜਾਵੇ ਨਵੀਂ ਤੇ ਵਿਗਿਆਨਕ ਸੋਚ ਨੂੰ ਅਪਣਾਉਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਕਿਉਂਕਿ ਜਿਸ ਤਰ੍ਹਾਂ ਆਪਾਂ ਖੰਡਵਾਦ ਤੇ ਹੋਰ ਚੀਜ਼ਾਂ ਹੈਗੀਆਂ ਉਹਨਾਂ ਨੂੰ ਛੱਡਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਨਵੀਂ ਜਿਹੜੀ ਤੇ ਵਿਗਿਆਨਕ ਸੋਚ ਨੂੰ ਮੈਂ ਵਾਰ ਵਾਰ ਇਸ ਕਰਕੇ ਕਹਿ ਰਿਹਾ ਹੈਗਾ ਕਿਉਂਕਿ ਬਹੁਤ ਜਿਹੜਾ ਸਾਡੇ ਸਮਾਜ ਦੇ ਵਿੱਚ ਜਿਹੜਾ ਵਹਿਮ ਭਰਮ ਹੈਗਾ
ਇਹਨਾਂ ਚੀਜ਼ਾਂ ਨੂੰ ਅਗਰ ਅਸੀਂ ਛੱਡਾਂਗੇ ਤਾਂ ਸਾਡੀ ਜਿਹੜੀ ਤਰੱਕੀ ਹੈਗੀ ਉਹ ਨਿਸ਼ਚਿਤ ਹੀ ਇੱਕ ਹੋਰ ਸਾਨੂੰ ਨਵੇਂ ਆਯਾਮ ਦੇਵੇਗੀ, ਸਾਡੀ ਸੋਚ ਨੂੰ ਨਵੇਂ ਆਯਾਮ ਦੇਵੇਗੀ, ਨਵੇਂ ਮੌਕੇ ਸਾਨੂੰ ਹੋਰ ਮਿਲ ਜਾਣਗੇ। ਤੇ ਉਦੇਸ਼ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈਗੀ ਉਹ ਖੜੇ ਪਾਣੀ ਵਾਂਗ ਆ, ਜਿਸ ਤਰ੍ਹਾਂ ਕਹਿੰਦੇ ਆ ਕਿ ਪਾਣੀ ਵਗਦੇ ਹੀ ਰਹਿਣੇ ਚਾਹੀਦੇ ਹੈਗੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਅਸੀਂ ਵਗਦੇ ਪਾਣੀ ਪੜ੍ਹੀ ਹੈ। ਸੋ ਇੱਕ ਜਿਹੜਾ ਬਹਾਗ ਹੈ ਸਮੇਂ ਦਾ ਜਾਂ ਵਿਚਾਰਾਂ ਦਾ ਉਹ ਹੋਣਾ ਚਾਹੀਦਾ ਹੈ, ਅਗਰ ਉਹ ਉੱਥੇ ਰੁਕ ਜਾਏਗਾ ਤਾਂ ਉਹ ਜਿਵੇਂ ਕਹਿੰਦੇ ਨਾ ਕਿ ਖੜਾ ਪਾਣੀ ਉਹਦੇ ਚ ਬੋ ਮਾਰਨੀ ਸੁਭਾਵਿਕ ਹੀ ਹੈਗੀ ਜਦੋਂ ਕੋਈ ਚੀਜ਼ ਇੱਕ ਜਗ੍ਹਾ ਤੇ ਠਹਿਰ ਜਾਂਦੀ ਹੈਗੀ। ਇਸ ਕਰਕੇ ਜਿਹੜੇ ਸਾਡੇ ਵਿਚਾਰਾਂ ਦੇ ਵਿੱਚ ਨਵੀਨਤਾ ਵਿਗਿਆਨਤਾ ਤੇ ਇਹ ਅਗਿਆਨਤਾ ਤੋਂ ਸਾਨੂੰ ਇਹ ਚੀਜ਼ ਦੂਰ ਕਰਦੀ ਹੈਗੀ। ਤੇ ਇਸ ਕਰਕੇ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਲਈ ਵੀ ਮੈਂ ਇਹ ਗੱਲ ਇੱਥੇ ਅੱਜ ਜ਼ਰੂਰ ਕਹਾਂਗਾ ਕਿ ਜਿਹੜਾ ਨਵਾਂ ਵਰਾ ਹੈਗਾ ਇਹਦੇ ਵਿੱਚ ਜਿਹੜਾ ਆਪਣੀ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼, ਸਾਰਥਕ ਉਦੇਸ਼ ਜਿਹੜਾ ਸਾਡੇ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੋਵੇ ਉਹ ਮਿੱਥਿਆ ਜਾਣਾ ਚਾਹੀਦਾ ਹੈਗਾ। ਤੇ ਨਿਸ਼ਾਨਾ ਮਿੱਥੇ ਬਿਨਾਂ ਮੰਜ਼ਿਲਾਂ ਸਰ ਵੀ ਨਹੀਂ ਹੁੰਦੀਆਂ ਹੈਗਾ। ਜਿੰਨਾ ਚਿਰ ਅਸੀਂ ਕੋਈ ਆਪਣਾ ਡੈਸਟੀਨੇਸ਼ਨ, ਜਿੰਨਾ ਚਿਰ ਆਪਣਾ ਕੋਈ ਗੋਲ ਨਿਸ਼ਚਿਤ ਨਹੀਂ ਕਰਦੇ ਉਨਾ ਚਿਰ ਉਹ ਅਸੀਂ ਉਸ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ। ਔਰ ਮੰਜ਼ਿਲਾਂ ਪਾਉਣ ਲਈ ਦ੍ਰਿੜ ਹੌਂਸਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਜਿੰਨਾ ਚਿਰ ਸਾਡਾ ਹੌਂਸਲਾ ਦ੍ਰਿੜ ਨਹੀਂ ਨਾ ਹੁੰਦਾ ਤਾਂ ਜਿਹੜੀਆਂ ਸਾਡੀਆਂ ਮੰਜ਼ਿਲਾਂ ਹੈਗੀਆਂ ਉਸ ਤੋਂ ਅਸੀਂ ਪਾਸੇ ਹੋ ਜਾਂਦੇ ਹਾਂ ਜੀ। ਤੇ ਇਹ ਜਿਹੜਾ ਦ੍ਰਿੜ ਹੌਂਸਲਾ ਇਹ ਜ਼ਿੰਮੇਵਾਰੀਆਂ 'ਚ ਉਪਜਦਾ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਬੰਦਾ ਕਹਿੰਦੇ ਨਾ ਜਿੰਨਾ ਜ਼ਿੰਮੇਵਾਰ ਹੋਏਗਾ ਉਹਦਾ ਹੌਂਸਲਾ ਉਨਾ ਹੀ ਦ੍ਰਿੜ ਹੁੰਦਾ ਹੈਗਾ। ਤੇ ਦ੍ਰਿੜ ਹੌਂਸਲਾ ਲੈਣ ਦੀ ਜਿਹੜੀ ਸ਼ਕਤੀ ਹੈ ਉਹ ਇੱਕ ਚੰਗਾ ਫੈਸਲਾ ਤੁਹਾਨੂੰ ਦੇਣ ਦੇ ਕਾਬਿਲ ਬਣਾ ਦਿੰਦੀ ਹੈਗੀ। ਸੋ ਇਸ ਕਰਕੇ ਇਹ ਜਿਹੜਾ ਸੀਗਾ ਕਿ ਮੈਂ ਨਵੇਂ ਸਾਲ ਦੇ ਵਿੱਚ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ, ਸੋਚਣਾ ਚਾਹੀਦਾ ਕਿ ਅਸੀਂ ਜਿਹੜਾ ਸਾਡਾ ਜ਼ਿੰਦਗੀ ਦਾ ਜਿਹੜਾ ਮਕਸਦ ਹੈ, ਜਿਵੇਂ ਕਿਸੇ ਨੇ ਕੋਈ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈਗਾ, ਜੇ ਕੋਈ ਜਿਹੜੇ ਸੇਵਾ ਮੁਕਤ ਬੰਦੇ ਹੈਗੇ ਉਹਨਾਂ ਨੇ ਵੀ ਇਸ ਨਵੇਂ ਸਾਲ ਦੇ ਜਿਹੜੇ 365 ਮੌਕੇ ਹੈਗੇ ਉਹਨਾਂ ਨੂੰ ਸਮਾਜ ਦੇ ਲੇਖੇ ਲਾਉਣ ਦੀ ਕੋਸ਼ਿਸ਼ ਕਰਨੀ ਹੈਗੀ। ਹਾਲਾਂਕਿ ਮੈਂ ਤਾਂ ਇਹ ਵੀ ਕਹਿਣਾਗਾ ਕਿ ਜਿਸ ਤਰ੍ਹਾਂ ਜੋ ਵੀ ਸਾਡੇ ਬੱਚੇ ਹੈਗੇ ਅਗਰ ਉਹ ਹੁਣੇ ਤੋਂ ਇਹ ਜਿਹੜਾ ਅੱਜ ਦਾ ਅਸੀਂ ਵਿਸ਼ੇ ਦੀ ਅਸੀਂ ਗੱਲ ਕਰਾਂਗੇ ਤਾਂ ਉਹ ਜਿਹੜਾ ਸਾਡਾ ਸਮਾਜ ਹੈਗਾ ਉਹ ਬਹੁਤ ਅੱਛਾ ਹੋ ਸਕਦਾ ਹੈਗਾ ਜੀ। ਤਾਂ ਇਸ ਕਰਕੇ ਹੀ ਇਹ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਪੇ ਬੈਕ ਟੂ ਦਾ ਸੋਸਾਇਟੀ ਇਸ ਕਰਕੇ ਮੈਂ ਚੁਣਿਆ ਗਿਆ ਔਰ ਮੈਨੂੰ ਲੱਗਦਾ ਸੀ ਕਿ ਇਸ ਤੇ ਸਾਨੂੰ ਗੱਲ ਕਰਨੀ ਚਾਹੀਦੀ ਹੈਗੀ ਕਿਉਂਕਿ ਸਮਾਜ ਨੇ ਸਾਨੂੰ ਬੜਾ ਕੁਛ ਦਿੱਤਾ ਹੈਗਾ। ਜਿਸ ਤਰ੍ਹਾਂ ਵੀ ਮੈਂ ਆਪਣੇ ਸਮਾਜ 'ਚ ਰਹਿੰਦਾ ਹੈਗਾ, ਸਮਾਜ ਨੇ ਪਹਿਲਾਂ ਤਾਂ ਸਾਨੂੰ ਸੁਰੱਖਿਆ ਦਿੱਤੀ ਹੋਈ ਹੈਗੀ, ਇੱਕ ਭਾਈਚਾਰਾ ਜਿਹੜਾ ਆਸੇ ਪਾਸੇ ਹੈਗਾ ਉਹਨਾਂ ਨੇ ਸਾਨੂੰ ਸਮਾਜ ਦੇ ਵਿੱਚ ਇੱਕ ਸੁਰੱਖਿਅਤ ਰਹਿਣ ਦਾ ਜਿਹੜਾ ਦਿੱਤਾ ਹੈਗਾ ਉਹ ਚਾਹੇ ਸਰਕਾਰਾਂ ਦੇ ਵੀ ਯੋਗਦਾਨ ਹੈਗਾ ਹੈਗਾ ਕਿਉਂਕਿ ਸੁਰੱਖਿਆ ਤੋਂ ਬਿਨਾਂ ਅਸੀਂ ਕਿਸੇ ਵੀ ਕਾਰਜ ਨੂੰ ਕਰਨਾ ਔਖਾ ਹੁੰਦਾ ਹੈਗਾ। ਸੋ ਇਸ ਤਰ੍ਹਾਂ ਇੱਥੋਂ ਹੀ ਮੈਂ ਗੱਲ ਫਿਰ ਸ਼ੁਰੂ ਕਰਦਾਂਗਾ ਕਿ ਜਿਹੜਾ ਸਾਡਾ ਸਮਾਜ ਹੈ ਜੋ ਸਾਨੂੰ ਦਿੰਦਾ ਹੈਗਾ ਅਸੀਂ ਉਹਦਾ ਕੁਛ ਪਰਸੈਂਟ ਚਾਹੇ ਕੁਛ ਜਿਹੜਾ ਪ੍ਰਤੀਸ਼ਤ ਹੈਗਾ ਕੁਛ ਫੀਸਦੀ ਹਿੱਸਾ ਉਹਨੂੰ ਵਾਪਸ ਦੇਣ ਦੀ ਜਿਹੜੀ ਗੱਲ ਹੈਗੀ ਉਹੀ ਧਾਰਨਾ ਨੂੰ ਅਸੀਂ ਪੇ ਬੈਕ ਟੂ ਦਾ ਸੋਸਾਇਟੀ ਕਹਿੰਦੇ ਹੈਗੇ ਕਿਉਂਕਿ ਜਦੋਂ ਇਹਦੀ ਮੈਂ ਸਮਝਣਾ ਚਾਹੁੰਦਾਗਾ ਜਾਂ ਮੈਨੂੰ ਕੋਈ ਪੁੱਛਦਾ ਹੈਗਾ ਕਿ ਆਮ ਜਿਹੜਾ ਬੰਦਾ ਹੈਗਾ ਕਿ ਸਰ ਪੇ ਬੈਕ ਟੂ ਦਾ ਸੋਸਾਇਟੀ ਜਿਹੜਾ ਸੰਕਲਪ ਹੈਗਾ ਜਾਂ ਇਹਨੂੰ ਸਮਾਜ ਨੂੰ ਕੁਝ ਆਪਣੇ ਵੱਲੋਂ ਕੁਝ ਵਾਪਸ ਮੋੜ ਦਾ ਜਿਹੜਾ ਸੰਕਲਪ ਹੈਗਾ ਉਹਨੂੰ ਤੁਸੀਂ ਸੌਖੇ ਸ਼ਬਦਾਂ ਚ ਕਿਵੇਂ ਸਮਝਾਓਗੇ? ਸੌਖੇ ਸ਼ਬਦਾਂ ਚ ਮੈਂ ਇੱਥੇ ਗੱਲ ਕਹਿ ਰਿਹਾ ਗਾ ਕਿ ਮੰਨ ਲਓ ਸਮਾਜ ਨੇ ਸਾਨੂੰ ਇੰਨਾ ਕੁਛ ਦਿੱਤਾ, ਸਮਾਜ ਨੇ ਸਾਨੂੰ ਸੁਰੱਖਿਆ ਦਿੱਤੀ ਹੈ, ਸਮਾਜ ਦੇ ਵਿੱਚੋਂ ਹੀ ਅਸੀਂ ਵਿਦਿਆ ਲਈ ਹੈ, ਜਿਹੜੇ ਜਿੱਥੇ ਵੀ ਅਸੀਂ ਪੜ੍ਹਦੇ ਹਾਂ ਲਿਖਦੇ ਹਾਂਗੇ ਉੱਥੋਂ ਹੀ ਅਸੀਂ ਤਰੱਕੀ ਕੀਤੀ ਹੈ, ਉੱਥੋਂ ਹੀ ਅਸੀਂ ਕਮਾਈ ਕਰਦੇ ਹਾਂਗੇ। ਤਾਂ ਉਹ ਜਿਹੜੀ ਕਮਾਈ ਹੈਗੀ ਉਹਦਾ ਕੁਛ ਹਿੱਸਾ ਆਪਣੇ ਸਮਾਜ ਨੂੰ ਜ਼ਰੂਰ ਮੋੜਨਾ ਚਾਹੀਦਾ ਹੈਗਾ ਔਰ ਉਹਦੇ ਜਿਹੜੇ ਮੋੜਨ ਦੇ ਤਰੀਕੇ ਹੈਗੇ ਉਹ ਬਹੁਤ ਅਲੱਗ ਅਲੱਗ ਹੋ ਸਕਦੇ ਆ ਹਰੇਕ ਲਈ। ਤਾਂ ਜਿਸ ਤਰ੍ਹਾਂ ਕਿ ਜਿਵੇਂ ਕਹਿੰਦੇ ਆ ਕਿ ਸਾਨੂੰ 2017 ਤੋਂ ਮੈਂ ਗੱਲ ਸ਼ੁਰੂ ਕਰਦਾਂਗਾ ਕਿਉਂਕਿ ਜਿਹੜੀ ਸਾਡੇ ਦੇਸ਼ ਦੀ ਇੱਕ ਅਭਿਨੇਤਰੀ ਹੈਗੀ ਪ੍ਰਿਅੰਕਾ ਚੋਪੜਾ ਬਹੁਤ ਮਸ਼ਹੂਰ ਹੈਗੀ ਔਰ ਵਿਸ਼ਵ ਸੁੰਦਰੀ ਵਰਗਾ ਜਿਹੜਾ ਵਕਾਰੀ ਖਿਤਾਬ ਆ ਉਹਨਾਂ ਨੇ ਜਿੱਤਿਆ ਹੋਇਆ ਹੈਗਾ। ਉਹਨਾਂ ਨੇ ਨਾ ਇੱਕ ਸਨ 2017 ਵਿੱਚ ਇੱਕ ਜਿਹੜਾ ਫੰਕਸ਼ਨ ਆ ਸਮਾਰੋਹ ਆ ਉਹਦੇ ਵਿੱਚ ਇੱਕ ਬਹੁਤ ਵਧੀਆ ਤੇ ਸੰਵੇਦਨਸ਼ੀਲ ਵਿਸ਼ੇ ਤੇ ਗੱਲ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ। ਉਹਦਾ ਜਿਹੜਾ ਵਿਸ਼ਾ ਸੀਗਾ ਉਹ ਸੀਗਾ ਬ੍ਰੇਕਿੰਗ ਦਾ ਗਲਾਸ ਸੀਲਿੰਗ, ਇਹ ਅੰਗਰੇਜ਼ੀ ਦਾ ਇੱਕ ਸ਼ਬਦ ਹੈ। ਇਹਦੇ ਵਿੱਚ ਇਹ ਹੁੰਦਾ ਹੈਗਾ ਕਿ ਇੱਕ ਜਿਵੇਂ ਕਹਿੰਦੇ ਨਾ ਕੋਈ ਕਾਲਪਨਿਕ ਰੁਕਾਵਟ ਹੈ ਜਿਹੜੀ ਖਾਸ ਕਰਕੇ ਔਰਤਾਂ ਜਾਂ ਹੋਰ ਸਮੂਹਾਂ ਨੂੰ ਕਿਸੇ ਵੀ ਖੇਤਰ 'ਚ ਅੱਗੇ ਵਧਣ ਤੋਂ ਰੋਕਦੀ ਹੈ। ਤਾਂ ਹਾਲਾਂਕਿ ਇਹ ਰੁਕਣਾ ਨਹੀਂ ਹੁੰਦਾ ਕਿਸੇ ਨੂੰ ਵੀ, ਅਸੀਂ ਇਹ ਕਿਸੇ ਵੀ ਅਗਾਂਹ ਵਧੂ ਬੰਦੇ ਨੂੰ ਅਸੀਂ ਰੋਕ ਨਹੀਂ ਸਕਦੇ, ਚਾਹੇ ਉਹ ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ। ਤਾਂ ਉਸ ਵਿਸ਼ੇ ਤੇ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਸੰਨ 2017 ਦੇ ਵਿੱਚ ਇਹ ਗੱਲ ਕੀਤੀ ਸੀਗੀ ਔਰ ਉਹਨਾਂ ਨੇ ਕਮਾਲ ਦੀਆਂ ਗੱਲਾਂ ਆਖੀਆਂ ਸੀਗੀਆਂ ਜਿਹੜੀਆਂ ਕਿ ਅੱਜ ਸਾਡੇ ਵਿਸ਼ੇ ਨਾਲ ਸੰਬੰਧਿਤ ਹੈਗੀਆਂ। ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੇ ਸਾਡੇ ਲੋਕ ਹੈਗੇ ਸਮਾਜ ਹੈਗੇ ਉਹਨਾਂ ਨੂੰ ਦਿਆਲੂ ਬਣਨ ਲਈ ਪ੍ਰੇਰਿਆ। ਉਹ ਕਹਿੰਦੇ ਸੀਗੇ ਕਿ ਉੱਚ ਅਹੁਦਿਆਂ ਤੇ ਪਹੁੰਚ ਕੇ ਅਗਰ ਸਾਨੂੰ ਦੌਲਤ ਸ਼ੋਹਰਤ ਬਹੁਤ ਜ਼ਿਆਦਾ ਮਿਲ ਗਈ ਹੈਗੀ ਤਾਂ ਵੀ ਸਾਡੇ ਵਿੱਚ ਨਿਮਰਤਾ ਤੇ ਦਿਆਲਤਾ ਰਹਿਣੀ ਬਹੁਤ ਜ਼ਰੂਰੀ ਹੈ ਜੋ ਕਿ ਚੰਗੇ ਇਨਸਾਨ ਦੇ
ਜਾਂ ਜਿਹੜੇ ਕਿ ਸਮਾਜਿਕ ਪ੍ਰਾਣੀ ਦੇ ਗੁਣ ਹੈਗੇ। ਦੂਜੀ ਗੱਲ ਉਹਨਾਂ ਨੇ ਇਹ ਕਹੀ ਸੀਗੀ ਕਿ ਇਹ ਜਿਹੜੇ ਗੁਣ ਹੈਗੇ ਨਿਮਰਤਾ ਤੇ ਦਿਆਲਤਾ, ਇਹ ਮਨੁੱਖ ਨੂੰ ਇਨਸਾਨ ਬਣਾਉਂਦੇ। ਦੇਖੋ ਉਹਨਾਂ ਨੇ ਕਿੱਡੀ ਵੱਡੀ ਗੱਲ ਕਹੀ ਹੈ, ਨਿਮਰਤਾ ਤੇ ਦਿਆਲਤਾ ਜਿਹੜੇ ਦੋ ਗੁਣ ਆ ਨਾ, ਉਹ ਮਨੁੱਖ ਨੂੰ ਇਨਸਾਨ ਬਣਾਉਂਦੇ ਆ ਤੇ ਇਨਸਾਨੀਅਤ ਦੇ ਰਾਹ ਤੇ ਤੋਰਦੇ ਆ। ਅਗਲੀ ਗੱਲ ਉਹਨਾਂ ਨੇ ਇਹ ਕਹੀ ਸੀ ਜਿਹੜੀ ਇੰਪੋਰਟੈਂਟ ਗੱਲ ਹੈ, ਮਹੱਤਵਪੂਰਨ ਗੱਲ ਹੈ, ਕਿ ਸਮਾਜ ਨੂੰ ਆਪਣੇ ਵੱਲੋਂ ਕੁੱਝ ਵਾਪਸ ਮੋੜਨ, ਯਾਨੀ ਕਿ ਗਿਫਟ ਬੈਕ ਟੂ ਦਾ ਸੋਸਾਇਟੀ ਦੀ ਗੱਲ ਆਖੀ ਸੀ, ਕਿ ਸਾਡਾ ਜਿਹੜਾ ਸੰਸਾਰ ਹੈ ਨਾ, ਸਾਡੇ ਸਮਾਜ ਤੋਂ ਜਿਹੜੇ ਸਾਡੇ ਸਮਾਜ ਵਿੱਚ ਸਾਡੇ ਤੋਂ ਵੀ ਬੇਹੱਦ ਨੀਵੇਂ ਪੱਧਰ ਤੇ ਲੋਕ ਹੈ, ਤੰਗੀਆਂ ਦੁਰਸ਼ੀਆਂ ਵਿੱਚ ਜੀਵਨ ਹੰਢਾਉਂਦੇ ਆ, ਜੋ ਅਸੀਂ ਦੇਖਦੇ ਹੀ ਆਗੇ, ਅਕਸਰ ਦੇਖਦੇ ਹਾਂ ਸਮਾਜ ਦੇ ਵਿੱਚ ਰਹਿੰਦੇ ਹੋਏ, ਉਹਨਾਂ ਦੇ ਦੁੱਖ ਦਰਦ ਨੂੰ ਘੱਟ ਕਰਨ ਲਈ ਉਹਨਾਂ ਵੱਲ ਮਦਦ ਦਾ ਜਿਹੜਾ ਹੱਥ ਹੈ ਵਧਾ ਕੇ ਅਸੀਂ ਸਮਾਜ ਨੂੰ ਪੇ ਬੈਕ ਕਰਦੇ ਹਾਂ ਤੇ ਕਰਨਾ ਚਾਹੀਦਾ। ਬਹੁਤ ਲੋਕ ਕਰ ਵੀ ਰਹੇ ਆ, ਔਰ ਕਰ ਜਿਨ੍ਹਾਂ ਨੇ ਅਜੇ ਤੱਕ ਇਹ ਸੰਕਲਪ ਨਹੀਂ ਲਿਆ ਗਾ ਜਿਹੜਾ ਸਮਾਜ ਨੂੰ ਆਪਣੇ ਵੱਲੋਂ ਕੁੱਝ ਵਾਪਸ ਮੋੜਨ ਦਾ, ਤਾਂ ਉਹਨਾਂ ਨੂੰ ਇਹ ਸੰਕਲਪ ਅੱਜ ਲੈ ਲੈਣਾ ਚਾਹੀਦਾ ਹੈਗਾ, ਔਰ ਇਹੀ ਜਿਹੜਾ ਸਾਡੇ ਸਮਾਜ ਨੂੰ ਇੱਕ ਬਿਹਤਰ ਸਮਾਜ, ਦੇਸ਼ ਜਾਂ ਕਹੀਏ ਵਿਸ਼ਵ ਬਣਾ ਸਕਦਾ ਹੈਗਾ। ਤੇ ਉੱਕ ਗੱਲ ਉਹਨਾਂ ਨੇ ਜਿਹੜੀ ਕਮਾਲ ਦੀ ਗੱਲ ਕਹੀ ਹੈਗੀ, ਜੋ ਬਹੁਤ ਜ਼ਿਆਦਾ ਮੈਨੂੰ ਲੱਗਦੀ ਹੈ ਕਿ ਇਹ ਸਾਨੂੰ ਕਰ ਲੈਣੀ ਚਾਹੀਦੀ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਕਿਤੇ ਵੀ ਪਹੁੰਚ ਜਾਓ, ਕਿੰਨੀ ਵੀ ਤਰੱਕੀ ਕਰ ਲਓ, ਕਿੰਨੀਆਂ ਡਿਗਰੀਆਂ ਕਰ ਲਓ, ਕਿਹੋ ਜਿਹੇ ਵੀ ਅਹੁਦਿਆਂ ਤੇ ਪਹੁੰਚ ਜਾਓ, ਤਾਂ ਪਰ ਜਿਹੜੇ ਵੀ ਆਪਣੀਆਂ ਜੜਾਂ ਗਾ, ਮਤਲਬ ਆਪਣਾ ਜਿਹੜਾ ਅਤੀਤ ਹੈ ਜਿੱਥੋਂ ਤੁਸੀਂ ਨਿਕਲੇ ਹੋ, ਚਾਹੇ ਕਿਸੇ ਵੀ ਏਰੀਏ ਚੋਂ, ਕਿੱਥੋਂ ਵੀ ਤੁਹਾਡੀ ਜਿਹੜੀ ਯਾਤਰਾ ਕਿੱਥੋਂ ਵੀ ਆਰੰਭ ਹੋਈ ਹੈਗੀ, ਕਿੱਥੋਂ ਵੀ ਤੁਸੀਂ ਪਹੁੰਚੇ ਹੋਗੇ, ਕਿੱਥੋਂ ਤੋਂ ਕਿੱਥੋਂ ਤੱਕ ਦਾ ਜਿਹੜਾ ਸਫ਼ਰ ਹੈਗਾ, ਉਹਦੇ ਵਿੱਚ ਚਾਹੇ ਤੁਸੀਂ ਮਿਹਨਤ, ਇਹ ਡੈਫੀਨੇਟਲੀ ਗੱਲ ਹੈਗੀ, ਇਹ ਪੱਕੀ ਗੱਲ ਹੈਗਾ ਕਿ ਮਿਹਨਤ ਦੇ ਨਾਲ ਹੀ ਗੱਲ ਬਣਦੀ ਹੈਗੀ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ੍ਹ ਬਣਦੀ ਹੈ। ਸੋ ਮਿਹਨਤ ਦੇ ਬਲਬੂਤੇ ਨਾਲ ਹੀ ਜਿਹੜੇ ਲੋਕ ਹੈ ਤਰੱਕੀ ਯਾਫਤਾ ਹੁੰਦੇ ਹੈਗੇ, ਤਰੱਕੀਆਂ ਕਰਦੇ ਹੈਗੇ, ਤਾਂ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਜਿਹੜਾ ਆਪਣਾ ਸਮਾਜ ਹੈ, ਆਪਣਾ ਭਾਈਚਾਰਾ ਹੈਗਾ, ਉਹਨਾਂ ਨਾਲ ਜੁੜੇ ਰਹਿਣਾ ਚਾਹੀਦਾ ਹੈਗਾ। ਉਹਨਾਂ ਨੇ ਵੀ ਕਿਹਾ ਸੀ ਕਿ ਆਪਣੇ ਸਮਾਜ ਤੇ ਭਾਈਚਾਰੇ ਨਾਲ ਜੁੜੇ ਰਹੋ, ਉਹਨਾਂ ਦੇ ਦੁੱਖ ਸੁੱਖ ਦੇ ਸਾਥੀ ਬਣੋ। ਜੀ ਸਰ, ਡਾਕਟਰ ਗੁਰਤੇਜ ਜੀ, ਤੁਸੀਂ ਬਹੁਤ ਸ਼ਾਨਦਾਰ ਵਿਚਾਰ ਨੂੰ ਅੱਗੇ ਵਧਾਇਆ, ਔਰ ਮੈਨੂੰ ਇਹ ਵੀ ਲੱਗਦਾ ਵੀ ਇਹ ਜਦੋਂ ਤੋਂ ਵੀ ਮਨੁੱਖਤਾ ਹੋਂਦ ਵਿੱਚ ਆਈ ਹੈ, ਇਹੋ ਜਿਹੇ ਵਿਚਾਰ ਜਿਹੜੇ ਹੈਗੇ ਨੇ ਸਮੇਂ ਸਮੇਂ ਸਿਰ ਜਿਹੜੇ ਹੈਗੇ ਨੇ ਸਮਾਜ ਦੇ ਸਮਝਦਾਰ ਲੋਕ, ਉਹਨਾਂ ਨੂੰ ਪਹਿਲਾਂ ਵੀ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਹੀਆਂ ਜਾ ਰਹੀਆਂ ਨੇ। ਅਸੀਂ ਗੁਰੂ ਸਾਹਿਬਾਂ ਦੇ ਸਮੇਂ ਦਾ ਹੀ ਥੋੜ੍ਹੀ ਜਿਹੀ ਤਵੱਕੋ ਕਰਕੇ ਵੇਖੀਏ, ਉਹਦੇ ਵਿੱਚ ਲਾਈਏ, ਉਹਨਾਂ ਦਾ ਕੀ ਸੀਗਾ, ਕਿਰਤ ਕਰੋ ਵੰਡ ਛਕੋ ਅਤੇ ਦਸਵੰਧ ਦੇਣ ਵਾਲੀ ਗੱਲ। ਇਹ ਹੁਣ ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ ਸੀ ਕਿ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਔਰ ਉਹ ਜ਼ਰੂਰਤ ਜੇ ਉਹਨਾਂ ਦੀ ਪੂਰੀ ਹੁੰਦੀ ਹੈ ਤਾਂ ਆਪਣੇ ਪੈਰਾਂ ਦੇ ਉੱਪਰ ਖੜ੍ਹੇ ਹੋ ਸਕਦੇ ਨੇ, ਅਤੇ ਉਹਨਾਂ ਨੂੰ ਇਸ ਕਿਸਮ ਦੀ ਚਾਹੇ ਉਹ ਆਰਥਿਕ ਹੈ, ਚਾਹੇ ਉਹ ਕਿਸੇ ਵੀ ਹੋਰ ਸ਼ਕਲ ਵਿੱਚ, ਜੋ ਵੀ ਉਸ ਸੈਕਸ਼ਨ ਨੂੰ ਜ਼ਰੂਰਤ ਹੈ, ਜੇ ਅਸੀਂ ਉਹ ਚੀਜ਼ ਜਿਹੜੀ ਹੈਗੀ ਆ ਪੂਰੀ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਉਹ ਵੀ ਸਾਡੇ ਸਿਹਤਮੰਦ ਸਮਾਜ ਦਾ ਹਿੱਸਾ ਬਣਨਗੇ, ਔਰ ਇਸੇ ਤਰੀਕੇ ਦੇ ਨਾਲ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਵੀ ਜਦੋਂ ਆਪਣੀ ਫਿਰ ਸਮਰੱਥਾ ਵਿੱਚ ਆ ਜਾਣਗੇ, ਅਤੇ ਮੇਰਾ ਖਿਆਲ ਹੈ ਜਿਹੜੀਆਂ ਉਹਨਾਂ ਕੋਲੋਂ ਕਮੀਆਂ ਪੇਸ਼ੀਆਂ ਰਹਿ ਗਈਆਂ ਉਹਨਾਂ ਦਾ ਉਹਨਾਂ ਨੂੰ ਖੁਦ ਵੀ ਅਹਿਸਾਸ ਹੈ, ਅਤੇ ਮੇਰਾ ਖਿਆਲ ਇਸੇ ਤਰੀਕੇ ਨਾਲ ਹੀ ਸਮਾਜ ਜਿਹੜਾ ਹੈਗਾ ਇੱਕ ਤੋਂ ਦੂਜੀ ਥਾਂ ਦੇ ਉੱਪਰ ਚੱਲਦਾ ਰਹਿੰਦਾ। ਜੀ, ਹੋਰ ਕੀ ਕਹਿਣਾ ਚਾਹੋਗੇ ਜੀ? ਹਾਂ ਦੇਖੋ ਸਰ, ਬਿਲਕੁਲ ਤੁਸੀਂ ਦਸਵੰਧ ਦੀ ਗੱਲ ਕੀਤੀ ਹੈ, ਮੈਂ ਵੀ ਅਕਸਰ ਇਹੀ ਸੋਚਦਾ ਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਕਿਰਤ ਕਰਨ ਤੇ ਵੰਡ ਛਕਣ ਦਾ ਜਿਹੜਾ ਪਵਿੱਤਰ ਸੰਦੇਸ਼ ਆ ਉਹ ਤਾਂ ਦਿੱਤਾ ਹੀ ਦਿੱਤਾ ਸੀਗਾ, ਪਰ ਉਸ ਦੇ ਨਾਲ ਹੀ ਉਹਨਾਂ ਨੇ ਦਸਵੰਧ ਦੀ ਜਿਹੜੀ ਅਲੋਖੀ ਪਰੰਪਰਾ ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਇਉਂ ਲੱਗਦਾ ਕਿ ਇਸ ਜਿਹੜੀ ਇਹ ਪਾਵਨ ਪ੍ਰਥਾ ਹੈਗੀ ਦਸਵੰਧ ਦੀ, ਦਸਵੰਧ ਕੱਢਣ, ਦਸਵੰਧ ਦਾ ਮਤਲਬ ਹੁੰਦਾ ਤੁਹਾਡੀ ਕਮਾਈ ਦਾ ਦਸਵਾਂ ਹਿੱਸਾ ਜੋ ਅਸੀਂ ਮੰਨਦੇ ਹਾਂਗੇ, ਉਹਨਾਂ ਦਾ ਮਤਲਬ ਇਹ ਸੀਗਾ ਕਿ ਉਹਨਾਂ ਦੀ ਦੂਰ ਅਨਿਸ਼ੀ ਸੋਚ ਹੀ ਸੀਗੀ ਸਾਡੇ ਗੁਰੂ ਸਾਹਿਬਾਨ ਦੀ, ਕਿ ਜਿਹੜਾ ਸਾਡਾ ਸਮਾਜ ਹੈ, ਸਾਡੇ ਸਮਾਜ ਦੇ ਤੰਗੀਆਂ ਤੁਰਸ਼ੀਆਂ, ਮਤਲਬ ਔਖੇ ਟਾਈਮ ਦੇ ਵਿੱਚ ਕੱਟ ਰਹੇ ਹੈਗੇ, ਔਖੇ ਦਿਨਾਂ ਨੂੰ ਕੱਟ ਰਹੇ ਲੋਕ ਹੈਗੇ, ਉਹਨਾਂ ਨੂੰ ਉੱਚਾ ਚੁੱਕਣਾ ਗਾ, ਤੇ ਇਹੀ ਜਿਹੜੀ ਉਹਨਾਂ ਦੀ ਭਾਵਨਾ ਸੀਗੀ। ਮੈਨੂੰ ਲੱਗਦਾ ਉਹਨਾਂ ਉਸ ਟਾਈਮ ਦੇ ਵਿੱਚ ਇਸ ਜਿਹੜੀ ਭਾਵਨਾ ਨੇ ਪੇ ਬੈਕ ਟੂ ਜਾਂ ਸੋਸਾਇਟੀ ਹੈ ਜਿਹੜਾ, ਜਾਂ ਕਹੀਏ ਵੀ ਆਪਣੇ ਸਮਾਜ ਨੂੰ ਆਪਣੇ ਵੱਲੋਂ ਕੁੱਝ ਵਾਪਸ ਮੋੜਨ ਦੀ ਧਾਰਨਾ ਦਾ ਮੁੱਢ ਬੰਨਿਆ ਹੋਊਗਾ, ਜੋ ਮੈਨੂੰ ਲੱਗਦਾ ਹੈ, ਕਿਉਂਕਿ ਗੁਰੂ ਸਾਹਿਬਾਨਾਂ ਨੇ ਜਿਹੜੀ ਸੰਗਤ ਹੈ ਉਹਨੂੰ ਰੱਬ ਦਾ ਰੂਪ ਕਿਹਾ ਹੈਗਾ, ਔਰ ਸੰਗਤ ਦੀ ਸੇਵਾ ਨੂੰ ਉਹਨਾਂ ਨੇ ਬਹੁਤ ਪ੍ਰਚਾਰਿਆ ਹੈਗਾ, ਔਰ
सेवा लई जिहड़े असीं जाणे जांदे आ साडे जिहड़े पंजाबी है खास करके ते मैनूं लगदा गा कि इहदे विच ना तीन चीजां दी बहुत जरूरत है जदों असीं समाज नूं अपने वल्लों कुछ मोड़न की गल करदे आ जां सेवा की गल करदे आ तां उहदे विच तन मन ते धन शरीरक मानसिक ते जिहड़ी आर्थिक सेवा गी इह जिहड़े प्रमुख साधन है इन्हां चों जे असीं एक नूं भी बाहर कढ दईए तां इह जिहड़ी सेवा है गी जां अपने समाज नूं कुछ मोड़न दा जिहड़ा जज्बा है गा उह घट जांदा है घट की जांदा है एक तरह रुक जांदा है जिवें कहीए कि जिवें कोई वहीकल हैगा जां गड्डी हैगी उहदे चार पहीए हैगे तां उहदे विचों जे एक भी खराब होवे तां उहदा जिहड़ी यात्रा है थोड़ी औखी हो जांदी है मुश्किल हो जांदी है तां मैनूं इह लगदा है कि जेकर असीं अपने समाज जिहड़े पछड़े लोग हैगे उह किसे पक्खों भी पछड़े हो सकदे हैगे आर्थिक पक्खों हो सकदे हैगे राजनीतिक पक्खों पछड़े हो सकदे है समाजिक पक्खों पछड़े हो सकदे हैगे अगर असीं उहनां दा जीवन पद्धर उच्चा चुकना हैगा तां उहदे लई मैनूं लगदा है कि तन मन दे नाल धन भी बहुत ज्यादा जरूरत है जिस तरह कि असीं देख रहे हां कि अजकल साडे देश दे विच जिहड़ी एजुकेशन उह बहुत ज्यादा महंगी हो गई हैगी और उहनूं आम बच्चों तक आम लोगों तक जिहड़े कि लायक भी हुंदे आ पर पैसे की कमी कारण वह पढ़ नहीं पाते तो उत्थे सिर्फ मैं एक ज्ञान देवां कि नहीं पढ़ाई बहुत अच्छी है पढ़ाई सानू करनी चाहीदी है पढ़ाई साडा जीवन पद्धर उच्चा करूगी हालांकि यह बिल्कुल सच है कि जिहड़ी सिक्ख्या हैगी उहदे जिहड़ा तुहाडा जीवन पद्धर है उसनू उच्चा चुकना हुंदा है सुधारना हुंदा है तो अगर मैं सिर्फ गल्लां करके इत्थे चल जावांगा तो जो एक्चुअल उन्होंने लोड़ है फीस की लोड़ है किताबा चाहिए वह धन नाल ही आ सकती है जो पैसे नाल ही आ सकती है तो इस तरह मैं ये कहने का मेरा मतलब हरगिज नहीं हैगा इतने कि तुसी जे तन मन या शरीरक या मानसिक सेवा किसी भी पक्ष में सेवा कर रहे होंगे तो जेकर तुहाडे कोल पैसा नहीं है तो वह सेवा कोई नकारी जाऊगी नहीं ये बिल्कुल नहीं है गा हाँ उहदे लई जिहड़ा पैसे की जरूरत हमेशा सी है ते रहेगी तो कुछ लोग एवं जरा पैसे निंदते रहते हैं कई लोग इनू कुछ अलग अलग विशेषण दे के इनू निंदते हैं पर मैं समझदा कि दुनिया च रहने लई पैसे की बहुत ज्यादा जरूरत हैगी क्योंकि पैसे नाल चाहे सब कुछ नहीं पर पैसे तो बिना भी कुछ नहीं है तो इस करके मैं इस विषय नू इस एंगल तो भी देख लांगा कि सिर्फ असी ये चीज ना कहीए कि असी सिर्फ गल्लां करी जाइए कि हाँ सेवा करो जी और सेवा करन लई जिन्ना लोगों को इस तरह के साधन है तो जरूर कंट्रीब्यूट उन्होंने करना चाहिए है पैसे नाल भी क्योंकि मैं दो दिन पहला ही दो या चार दिन पहला की गल है कि एक बच्चे नाल मैनू गल करन दा मौका मिलिया तो मैं उन्होंने जस्ट वैसे ही पूछा सी कि बेटा तेरा जिहड़ा पंजाब पुलिस का कोई ट्रायल सीगा ते उहदे विच तेरी सिलैक्शन होई कि नहीं तो वह बच्चे ने मैनू रोंदे हुए ने यह गल दसी थी कि कहिंदा सर मेरा जिहड़ा सिलैक्शन हैगा जिहड़ा मैं ट्रायल दे जाणा ही किथे सीगा क्योंकि जदों इहदी एप्लीकेशन फॉर्म आए थे तो मेरे को उस फॉर्म नूं भरन लई पैसे ही नहीं सीगे तो मैं मतलब मैनू अपने आप से इन्ना दुख होया इस चीज़ नूं सोच सोच के कि मैं जिस बच्चे नूं इन्ना लायक समझ रहा सीगा कि मैनू लगदा सीगा कि वह बच्चा कुछ ना कुछ जिंदगी कर लेगा पर उस नूं वह जिहड़ा जिहड़ा मुढ़ला पक्ष सीगा कि जिथों ही उहदी यात्रा आरंभ होनी सीगी यात्रा शुरू होनी सी वह उस नूं करन दे काबिल ही नहीं सीगा बेचारा क्योंकि उहदे कोले फीस नूं देण नूं पैसे ही नहीं सीगे तो इस करके मैं हमेशा ये नुकता उठाउंदा रहिंदा गा उठा रहा गा उठाउंदा रहांगा कि पैसे की बहुत ज्यादा जरूरत है जदों भी असीं समाज सेवा की गल करते हैं तो पैसा देना बहुत जरूरी है इस तों बिना पार नहीं पैणगी तो जिवें कहिंदे आ कि धरती उत्ते जीवन नूं चलाउंदा तां सूरज है पर कमाउंदा पैसा है यह नरेंद्र सिंह कपूर जिहड़े बहुत अच्छे लेखक आ उहनां दे विचार हैगे एक गल उन्हां दी जिहड़ी कमाल दी गल मैनूं लगी है कि उन्होंने यह कही सी कि अपने लिए पैसा कमाउणा चंगी गल है कमाउणा चाहीदा है क्योंकि जिंदगी जीउण लई जिस तरह मैं बार बार कह रहा कि पैसे की जरूरत है सी ते रहेगी कहिंदे जेकर उस पैसे नाल किसे दा भला कर सको तो होर भी चंगी गल है जी तो यह वड्डी गल है कि पैसा साडे कोले जिन्हां कोले भी आ जांदा है आउंदा है जदों तुसीं मेहनत करदे हो किसी व्यापार च किसी भी नौकरी करदे हो तो पैसा तो आउंदा ही आउंदा है अगर उस पैसे ना तुसी अपने समाज नूं कुछ दे सको अपने समाज का भला कर सको तो मैनूं लगदा कि उही पैसा जिहड़ा सार्थक हैगा उही साडे गुरु साहिबानां नाल जिथों मैं गल आरंभी सीगी कि दसवंधी गल कीती सीगी तो यह बहुत ज्यादा जरूरी हैगी तो मैं फिर उत्थों ये मैनूं लगदा कि तुहानूं सारिआं नूं ये जिहड़ा विशा हैगा हुण समझ च आ गया होगा कि समाज नूं जिहड़ा वापस मोड़न की गल हैगी उह तिन्नां पक्खां च हो सकती हैगी शरीरक पक्ष की सेवा हो सकती है मानसिक पक्ष की सेवा हो सकती है ਇਹਦੇ ਨਾਲ ਜੇ ਤੁਸੀਂ ਆਰਥਿਕ ਪੱਖੋਂ ਸੇਵਾ ਕਰ ਸਕੋ ਤਾਂ ਉਹ ਸੋਨੇ ਤੇ ਸੁਹਾਗੇ ਦੀ ਗੱਲ ਹੋ ਜਾਵੇਗੀ ਜੀ ਸਰ
एक होर बहुत वड्डा जिहड़ा कंसेप्ट है गुरु साहिबान वालों सरबत दा भला उहदे विच होर भी गल जिहड़ी है बहुत वधिया है कि सरबत जिहड़ा हैगा इहदे विच कोई जात कोई पात कोई कैटेगरीज कोई कोई कुछ नहीं सारा कुछ सारी मनुखता और उहदे विच कोई सूबा नहीं कोई कोई देश नहीं सगों समुची मनुखता लई है और समुची मनुखता दा वो जिथे जिथे भी लोड़ है अपा ठीक है अपने समाज विच अपा अपने अपने एंगल तो वेख सकते किथे किथे लोड़ है पर इहदा जिहड़ा चुगिरदा है गुरु साहिबान ने उहनू सबद्दा भला कह के वो जिन्ने भी लोग ने जिथे भी लोग हैगे ने जिथे भी उहनां दा वस है ये साडा जिहड़ा इस किस्म जिहड़ा यतन है ये उस जगह तक भी पहुंचना चाहिए जिहदे विच सरबत जदों असीं कहने आ ਉਹ ਵੀ ਉਹਦੇ ਵਿੱਚ ਸ਼ਾਮਿਲ ਹੋਵੇ ਇਹ ਕੋਈ ਸਿਰਫ ਇੱਕ ਸੂਬੇ ਜਾਂ ਇੱਕ ਦੇਸ਼ ਦੀ ਜਾਂ ਇੱਕ ਮੁਲਕ ਦੀ ਗੱਲ ਨਹੀਂ ਹੈਗੀ ਇਹ ਸਮੁੱਚੀ ਮਨੁੱਖਤਾ ਦੀ ਗੱਲ ਹੈ ਔਰ ਅਸੀਂ ਸਮੁੱਚੀ ਮਨੁੱਖਤਾ ਵਿੱਚ ਵੇਖ ਰਹੇ ਹਾਂ ਜਿਵੇਂ ਸਾਡੇ ਆਪਣੇ ਸਮਾਜ ਵਿੱਚ ਵੰਡੀਆਂ ਪਈਆਂ ਹੋਈਆਂ ਨੇ ਜਦੋਂ ਅਸੀਂ ਉਹਨੂੰ ਵਿਸ਼ਵ ਪੱਧਰ ਦੇ ਉੱਪਰ ਵੇਖਦੇ ਹਾਂ ਉਹਦੇ ਵਿੱਚ ਵੀ ਸਾਨੂੰ ਪਤਾ ਲੱਗਦਾ ਕਿ ਕੁਛ ਲੋਕ ਨੇ ਕੁਛ ਮੁਲਕ ਨੇ ਜਿਨ੍ਹਾਂ ਦੇ ਵਿੱਚ ਸਮਰੱਥਾਵਾਨ ਨੇ ਵਿਕਾਸ ਉਹਨਾਂ ਦਾ ਹੋ ਚੁੱਕਿਆ ਕੁਛ ਉਹ ਨੇ ਜਿਹੜੇ ਵਿਕਾਸ ਕਰ ਰਹੇ ਨੇ ਕੁਛ ਉਹ ਨੇ ਜਿਨ੍ਹਾਂ ਦਾ ਵਿਕਾਸ ਬਹੁਤ ਘੱਟ ਹੋਇਆ ਸੋ ਉਹ ਸਾਰਾ ਕੁਛ ਹੀ ਜਿਹੜਾ ਹੈਗਾ ਉਸ ਪੱਧਰ ਦੇ ਉੱਪਰ ਵੀ ਵੇਖਿਆ ਸੋ ਇਹ ਜਿਹੜੀ ਜਿਹੜਾ ਉਹਨਾਂ ਦਾ ਕਹਿਣ ਦਾ ਅਰਥ ਹੈ ਇਹ ਸਾਰੀ ਮਨੁੱਖਤਾ ਨੂੰ ਹੀ ਰੀਚ ਕਰਨ ਵਾਲੀ ਜਿਹੜੀ ਗੱਲ ਹੈਗੀ ਹੈ ਇਹ ਹੈ ਇਹਦੀਆਂ ਕਿਤੇ ਜਿਹੜੀਆਂ ਸੀਮਾਵਾਂ ਜਿਹੜੀਆਂ ਹੈਗੀਆਂ ਨੇ ਕਿਸੇ ਛੋਟੇ ਜਿਹੇ ਥਾਂ ਵਾਸਤੇ ਨਹੀਂ ਇੰਨੀ ਕੁ ਮੈਂ ਗੱਲ ਉਹਦੇ ਚ ਹੋਰ ਬਿਲਕੁਲ ਸਹੀ ਗੱਲ ਕਹੀ ਆ ਸਰ ਅਸੀਂ ਦੇਖ ਰਹੇ ਹਾਂ ਬਹੁਤੇ ਲੋਕਾਂ ਦਾ ਬਹੁਤੇ ਪੱਖਾਂ ਦਾ ਵਿਕਾਸ ਨਹੀਂ ਹੋ ਸਕਿਆ ਗਾ ਅਸੀਂ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਮਨੁੱਖਾਂ ਨੂੰ ਅਸੀਂ ਮਿਲਦੇ ਹਾਂਗੇ ਬਹੁਤੇ ਲੋਕ ਰਾਜਨੀਤਿਕ ਤੌਰ ਤੇ ਪਛੜੇ ਹੋਏ ਆ ਸਮਾਜਿਕ ਤੌਰ ਤੇ ਪਛੜੇ ਹੋਏ ਆ ਈਵਨ ਬਹੁਤੇ ਲੋਕ ਧਾਰਮਿਕ ਤੌਰ ਤੇ ਹੀ ਪਕੜੇ ਹੋਏ ਆ ਕਈ ਕੁਛ ਜਗ੍ਹਾ ਜਾਤ ਪਾਤ ਦਾ ਇੰਨਾ ਚੱਕਰ ਹੈ ਜਿਸ ਤਰ੍ਹਾਂ ਅਸੀਂ ਵੰਡੀਆਂ ਦੀ ਗੱਲ ਕੀਤੀ ਇਸ ਸੱਚ ਤੋਂ ਅਸੀਂ ਭੱਜ ਹੀ ਨਹੀਂ ਸਕਦੇ ਮੁਨਕਰ ਹੋ ਹੀ ਨਹੀਂ ਸਕਦੇ ਇਹ ਜਿਹੜਾ ਵੰਡੀਆਂ ਵਾਲਾ ਜਿਹੜਾ ਮਾਮਲਾ ਹੈਗਾ ਇਹ ਬਹੁਤ ਜ਼ਿਆਦਾ ਵੱਧ ਗਿਆ ਪਤਾ ਨਹੀਂ ਇਹਦੇ ਕਾਰਨ ਹਜੇ ਹੋਰ ਕਿੰਨੇ ਕੁ ਜ਼ਿਆਦਾ ਹੋਣਗੇ ਜੋ ਮੈਂ ਸਮਝ ਦੇਖ ਰਿਹਾ ਹਾਂ ਜਾਂ ਸਮਝ ਪਾ ਰਿਹਾ ਹਾਂ ਕਿ ਬਹੁਤ ਜ਼ਿਆਦਾ ਕਾਰਨ ਆ ਜਿਹੜੇ ਸਾਡੇ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਹੈਗੇ ਉਸ ਕਰਕੇ ਇਹ ਵੰਡੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹੈਗੀਆਂ ਇਸ ਕਰਕੇ ਜਿਹੜਾ ਸਾਡਾ ਤੰਗੀਆਂ ਤੁਰਸੀਆਂ ਵਾਲਾ ਸਮਾਜ ਹੈਗਾ ਜਿਹੜਾ ਡਿਪਰੈਸਡ ਕਲਾਸਿਸ ਹੈ ਉਹਨਾਂ ਦਾ ਜੀਣਾ ਤਾਂ ਹੋਰ ਵੀ ਮੁਸ਼ਕਿਲ ਹੈਗਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ ਤਾਂ ਉਹ ਜਿਹੜੇ ਇੰਨੇ ਸਾਲਾਂ ਤੋਂ ਦਬਾਏ ਹੋਏ ਲੋਕ ਹੈਗੇ ਜਿਹਨਾਂ ਨੂੰ ਹੁਣ ਵੀ ਇੱਕ ਸਨਮਾਨ ਦੀ ਨਜ਼ਰ ਨਾਲ ਨਹੀਂ ਦੇਖਿਆ ਜਾ ਰਿਹਾ ਹੈਗਾ ਇਸੇ ਕਰਕੇ ਮੈਂ ਕਹਿ ਰਿਹਾ ਕਿ ਜਦੋਂ ਅਸੀਂ ਸਮਾਜ ਸੇਵਾ ਵਾਲੇ ਪਾਸੇ ਤੁਰਾਂਗੇ ਤਾਂ ਸਾਨੂੰ ਉਹਨਾਂ ਲੋਕਾਂ ਦੀ ਬਾਂਹ ਪਹਿਲਾਂ ਫੜਨੀ ਪਊਗੀ ਜਿਨ੍ਹਾਂ ਦੀ ਗੁਰੂ ਸਾਹਿਬਾਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਤੁਸੀਂ ਦਸਵੰਧ ਦੇ ਜ਼ਰੀਏ ਉਹਨਾਂ ਲੋਕਾਂ ਨੂੰ ਉੱਪਰ ਉਠਾਉਣਾ ਹੈਗਾ ਤਾਂ ਮੈਂ ਅਕਸਰ ਹੀ ਆਪਣੀ ਦਾਦੀ ਮਾਂ ਕੋਲ ਇਹ ਗੱਲ ਸੁਣਿਆ ਕਰਦਾ ਸੀਗਾ ਬਚਪਨ ਦੇ ਵਿੱਚ ਹੀ ਉਹ ਕਹਿੰਦੇ ਸੀਗੇ ਕਿ ਪੁੱਤ ਆਪਣੇ ਭਾਈਚਾਰੇ ਦੀ ਤਰੱਕੀ ਨਾਲ ਹੀ ਆਪਣੀ ਤਰੱਕੀ ਹੈਗੀ ਅਗਰ ਕਹਿੰਦੇ ਸ਼ਰੀਕਾ ਜਿਹੜਾ ਹੈਗਾ ਸਾਡਾ ਆਂਢ ਗੁਆਂਢ ਸੌਖਾ ਹੈਗਾ ਸੁਖੀ ਹੈ ਤਾਂ ਵਕਤ ਪੈਣ ਤੇ ਮਦਦ ਲਈ ਉਹੀ ਬੌੜਦਾ ਗਾ ਸਾਡੇ ਨੇੜੇ ਕਿਉਂਕਿ ਰਿਸ਼ਤੇਦਾਰ ਤਾਂ ਦੂਰ ਹੈਗੇ ਉਹ ਕਦੋਂ ਆਉਣਗੇ ਕਦੋਂ ਉਹਨਾਂ ਨੂੰ ਪਤਾ ਲੱਗੂ ਪਰ ਜਿਹੜਾ ਤੁਹਾਡਾ ਆਂਢ ਗੁਆਂਢ ਹੈ ਜਿਹੜਾ ਤੁਹਾਡਾ ਭਾਈਚਾਰਾ ਹੈਗਾ ਪਿੰਡ ਦਾ ਸ਼ਹਿਰ ਦਾ ਜਿੱਥੇ ਵੀ ਤੁਸੀਂ ਰਹਿੰਦੇ ਹੋਗੇ ਉਹੀ ਜਿਹੜਾ ਤੁਹਾਡੀ ਮਦਦ ਲਈ ਆਉਂਦਾ ਹੈਗਾ ਤਾਂ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਅਗਰ ਜਿਹੜਾ ਸਾਡਾ ਸਮਾਜ ਹੈ ਜਿਹੜੇ ਸਾਡੇ ਸਮਾਜ ਦੇ ਤਰੱਕੀ ਯਾਫਤਾ ਲੋਕ ਹੈਗੇ ਤਾਂ ਉਹ ਇਸ ਕਦਰ ਆਪਣੇ ਕਾਰਾਂ ਦਿਹਾਰਾਂ ਚ ਅੱਜ ਉਲਝ ਗਏ ਹੈਗੇ ਉਹ ਇਸ ਗੱਲ ਮਤਲਬ ਇਸ ਵਿਸ਼ੇ ਤੇ ਸੋਚਣ ਲਈ ਵੀ ਰਾਜ਼ੀ ਨਹੀਂ ਹੈਗੇ ਕਿ ਕਰਨਾ ਤਾਂ ਦੂਰ ਦੀ ਗੱਲ ਹੈਗੀ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਬਹੁਤੇ ਲੋਕ ਇਸ ਪਾਸੇ ਨਹੀਂ ਹੈਗੇ ਕਿ ਕਾਫੀ ਜ਼ਿਆਦਾ ਲੋਕ ਬਹੁਤ ਲੋਕਾਂ ਨੂੰ ਮੈਂ ਜਾਣਦਾ ਜਦੋਂ ਵੀ ਲੋਕਾਂ ਨੂੰ ਅਸੀਂ ਮਿਲਦੇ ਹਾਂਗੇ ਬਹੁਤ ਆਪਣੇ ਆਪਣੇ ਪੱਧਰ ਤੇ ਕਈ ਸੰਸਥਾਵਾਂ ਦੇ ਰੂਪ ਵਿੱਚ ਸਮਾਜ ਨੂੰ ਆਪਣੇ ਵੱਲੋਂ ਕੁਛ ਮੋੜਨ ਦੀ ਗੱਲ ਕਰ ਰਹੇ ਹੈਗੇ ਕੰਮ ਕਰ ਰਹੇ ਹੈ ਕਈ ਲੋਕ ਆਪਣੇ ਪੱਧਰ ਤੇ ਜਿਵੇਂ ਇਕੱਲੇ ਪੱਧਰ ਤੇ ਇਕੱਲੇ ਇਕੱਲੇ ਹੋ ਕੇ ਵੀ ਕੰਮ ਕਰ ਰਹੇ ਹੈਗੇ ਉਹਨਾਂ ਤੋਂ ਪਹਿਲੀ ਗੱਲ ਤਾਂ ਸਾਨੂੰ ਸੇਧ ਲੈਣ ਦੀ ਲੋੜ ਹੈਗੀ ਕਿ ਅਗਰ ਉਹ ਲੋਕ ਕਰ ਸਕਦੇ ਤਾਂ ਅਸੀਂ ਵੀ ਕਰ ਸਕਦੇ ਹਾਂਗੇ ਔਰ ਮੈਂ ਬਹੁਤ ਇਹੋ ਜਿਹੇ ਲੋਕਾਂ ਨੂੰ ਜਾਣਦਾ ਗਾ ਜਿਹਨਾਂ ਕੋਲੇ ਬਹੁਤੇ ਜਿਹੜੇ ਸਾਧਨ ਹੈ ਉਹ ਉਪਲਬਧ ਨਹੀਂ ਹੈਗੇ ਬਹੁਤੇ ਲੋਕ ਜਦੋਂ ਕਿਉਂਕਿ ਡਾਕਟਰੀ ਪੇਸ਼ਾ ਹੈਗਾ ਹਰ ਰੋਜ਼ ਲੋਕਾਂ ਨੂੰ ਮਿਲਣਾ ਹੈਗਾ ਲੋਕਾਂ ਨਾਲ ਗੱਲਬਾਤ ਹੁੰਦੀ ਹੈਗੀ ਬਹੁਤੇ ਲੋਕ ਇਹ ਆ ਕੇ ਦੱਸਦੇ ਆ ਕਿ ਸਾਡੀ ਇੰਨੀ ਕੁ ਕਮਾਈ ਹੈਗੀ ਉਹਦੇ ਵਿੱਚੋਂ ਵੀ ਅਸੀਂ ਇੰਨਾ ਇੰਨਾ ਕੰਮ ਕਰਦੇ ਪਏ ਔਰ ਉਹ ਕੰਮ ਦਿਸਦਾ ਹੈਗਾ ਇਹ ਨਹੀਂ ਹੈਗਾ ਕਿ ਉਹ ਸਿਰਫ ਮੇਰੇ ਕੋਲ ਖੜਾ ਮਾਰਨ ਆਉਂਦੇ ਆ ਜਾਂ ਇਹ ਕਹਿ ਕੇ ਆਪਣੇ ਆਪ ਨੂੰ ਕੋਈ ਵੱਡਾ ਦੱਸਣ ਵਾਸਤੇ ਆਉਂਦੇ ਹੈਗੇ
ਜਦੋਂ ਐਕਚੁਅਲ ਦੇ ਵਿੱਚ ਅਸੀਂ ਜਾ ਕੇ ਉਹਨਾਂ ਦੇ ਕੰਮ ਦੀ ਕਈ ਵਾਰੀ ਸਮੀਖਿਆ ਕਰਦਾ ਜਾਂ ਹੋਰ ਲੋਕ ਵੀ ਆ ਕੇ ਦੱਸ ਦਿੰਦੇ ਕਿ ਹਾਂ ਫਲਾਨਾ ਬੰਦਾ ਇਹ ਕੰਮ ਕਰ ਰਿਹਾ ਜੀ, ਬਹੁਤ ਅੱਛਾ ਕੰਮ ਕਰ ਰਿਹਾ, ਹਾਲਾਂਕਿ ਉਹਦੇ ਕੋਲ ਆਪਦੀ ਜਿਹੜੀ ਸਥਿਤੀ ਇੰਨੀ ਵਧੀਆ ਨਹੀਂ ਹੈਗੀ ਪਰ ਫਿਰ ਵੀ ਉਹ ਇਸ ਪਾਸੇ ਤੁਰਿਆ ਹੋਇਆ ਹੈ। ਤਾਂ ਮੈਨੂੰ ਲੱਗਦਾ ਕਿ ਇਹ ਤਾਂ ਇੱਕ ਬਹੁਤ ਵੱਡੀ ਉਦਾਹਰਣ ਹੈ ਸਾਡੇ ਵਾਸਤੇ, ਸਾਰਿਆਂ ਵਾਸਤੇ ਸਾਡੇ ਸਮਾਜ ਦੇ, ਕਿ ਅਗਰ ਉਹ ਲੋਕ ਕਰ ਸਕਦੇ ਤਾਂ ਸਾਨੂੰ ਜਿਹਨਾਂ ਦਾ ਵੀ ਸਾਡਾ ਹੱਥ ਪੈਂਦਾ ਹੈਗਾ, ਜਿੰਨੇ ਕੁ ਲੋਕ ਅਸੀਂ ਜੋਗੇ ਹੈਗੇ ਹਾਂਗੇ, ਔਰ ਉਸ ਪਾਸੇ ਨੂੰ ਸਮਾਜ ਸੇਵਾ ਵਾਲੇ ਪਾਸੇ ਜ਼ਰੂਰ ਤੁਰਨਾ ਚਾਹੀਦਾ ਜੀ। ਫਿਰ ਮੈਨੂੰ ਇੱਕ ਦਿਨ ਕੱਲ ਹੀ ਕਿਸੇ ਬੰਦੇ ਨੇ ਇਸ ਵਿਸ਼ੇ ਤੇ ਫੋਨ ਕਰਕੇ ਕਿਹਾ ਸੀਗਾ ਕਿ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋਗੇ ਕਿ ਸਮਾਜ ਸੇਵਾ ਕਰੀਏ ਸਮਾਜ ਸੇਵਾ ਕਰੀਏ, ਪਰ ਸਮਾਜ ਨੇ ਸਾਨੂੰ ਕੀ ਦਿੱਤਾ ਗਾ? ਜਦੋਂ ਅਸੀਂ ਸਟਰਗਲ ਕਰ ਰਹੇ ਸੀਗੇ, ਸੰਘਰਸ਼ ਕਰ ਰਹੇ ਸੀਗੇ, ਤਾਂ ਉਦੋਂ ਸਮਾਜ ਨੇ ਤਾਂ ਸਾਨੂੰ ਮਤਲਬ ਇੱਕ ਜਿਵੇਂ ਕਹੀਏ ਨਾ ਦੰਦੀਆਂ ਚੜਾਈਆਂ ਸੀਗੀਆਂ। ਦੰਦੀਆਂ ਚੜਾਉਣ ਦਾ ਮਤਲਬ ਕਈ ਲੋਕ ਹੁੰਦੇ ਨਾ ਜਿਵੇਂ ਨੁਕਤਾਚੀਨੀ ਕਰਦੇ ਹੈਗੇ, ਉਹਨਾਂ ਦਾ ਮੈਂ ਪੁਆਇੰਟ ਇਸ ਗੱਲ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਅਸੀਂ ਸਟਰਗਲ ਕਰ ਰਹੇ ਸੀ ਤਾਂ ਉਹੀ ਜਿਹੜਾ ਸਮਾਜ ਸੀਗਾ ਉਹ ਸਾਡੇ ਤੇ ਹੱਥ ਸੀ, ਦੇਖਾਂਗੇ ਤੂੰ ਕਿੰਨੀ ਕੁ ਤਰੱਕੀ ਕਰੇਗਾ, ਦੇਖਾਂਗੇ ਤੂੰ ਕਿੱਥੇ ਕੁ ਜਾਏਗਾ। ਤੇ ਕਹਿੰਦਾ ਜਦੋਂ ਅੱਜ ਮੈਂ ਇਸ ਮੁਕਾਮ ਤੇ ਆ ਗਿਆ ਗਾ, ਉਹ ਜਿਹੜੇ ਪੁਰਾਣੇ ਜਿਵੇਂ ਪਿੰਚ ਹੈਗੇ ਜਾਂ ਜਿਵੇਂ ਕਹਿ ਦਈਏ ਕਿ ਹਾਸੇ ਵਾਲੇ ਸੀ ਮੈਂ ਕਹਿੰਦੇ ਸੀ, ਤਾਂ ਉਹ ਕਹਿੰਦੇ ਕਿਤੇ ਸਾਨੂੰ ਇਹ ਪਿੰਚ ਕਰਦੀਆਂ। ਫਿਰ ਮੈਂ ਉਸ ਬੰਦੇ ਨੂੰ ਇਹ ਸਮਝਾਇਆ ਸੀਗਾ ਕਿ ਦੇਖੋ ਹਰ ਜਿਹੜੇ ਮੋੜ ਤੇ ਆ ਨਾ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ, ਤੁਹਾਡੀ ਨੁਕਤਾਚੀਨੀ ਕਰਨਗੇ, ਪਰ ਤੁਸੀਂ ਜੋ ਲੋਕ ਤੁਹਾਡੇ ਦੇ ਉਸ ਟਾਈਮ ਹੱਸਦੇ ਰਹੇ ਹੈਗੇ, ਤਾਂ ਉਹ ਤੁਸੀਂ ਇਹ ਸਮਝ ਲਓ ਕਿ ਉਹ ਤੁਹਾਨੂੰ ਪੁਸ਼ ਕਰ ਰਹੇ ਸੀ ਕਿ ਯਾਰ ਤੂੰ ਇੱਥੇ ਖੜ ਨਾ, ਤੂੰ ਅੱਗੇ ਜਾ ਹੋਰ ਤਰੱਕੀ ਕਰ। ਜੇ ਉਹ ਲੋਕ ਤੁਹਾਨੂੰ ਇਸ ਤਰ੍ਹਾਂ ਪੁਸ਼ ਕਰ ਰਹੇ ਸੀਗੇ, ਮਤਲਬ ਇੱਕ ਤਰ੍ਹਾਂ ਦਾ ਤੁਹਾਡੇ ਪਿੱਛੇ ਧੱਕਾ ਲਾ ਰਹੇ ਸੀਗੇ ਕਿ ਯਾਰ ਤੂੰ ਰੁਕ ਨਾ ਜਾਈ ਕਿਤੇ ਕਿਤੇ ਅਵੇਸਲਾ ਨਾ ਹੋ ਜਾਈ ਆਪਣੀ ਮੰਜ਼ਿਲ ਤੇ ਪਹੁੰਚਣ ਗੱਲੀਓ, ਤਾਂ ਮੈਂ ਉਹਨੂੰ ਕਿਹਾ ਸੀ ਕਿ ਭਾਈ ਸਾਹਿਬ ਤੁਸੀਂ ਇਸ ਨੂੰ ਇਹ ਨਾ ਸੋਚੋ ਕਿ ਉਹਨਾਂ ਨੇ ਤੁਹਾਡੀ ਕੋਈ ਨੁਕਤਾਚੀਨੀ ਕੀਤੀ ਹੈ ਜਾਂ ਤੁਹਾਨੂੰ ਉਹਨਾਂ ਨੇ ਚਿੜਾਇਆ ਹੈਗਾ ਜਾਂ ਤੁਹਾਨੂੰ ਕੋਈ ਨੀਵਾਂ ਦਿਖਾਉਣ ਵਾਸਤੇ ਉਹ ਕੁਛ ਕਰ ਰਹੇ ਸੀਗੇ। ਤੁਸੀਂ ਇਸ ਨੂੰ ਜਿਹੜਾ ਪੋਜ਼ਿਟਿਵ ਵੇ ਨਾ ਇਸ ਤਰ੍ਹਾਂ ਲੈ ਕੇ ਚੱਲੋ ਕਿ ਉਹ ਲੋਕ ਤੁਹਾਨੂੰ ਪਿੱਛੋਂ ਪੁਸ਼ ਅਪ ਕਰ ਰਹੇ ਸੀ, ਧੱਕਾ ਲਾ ਰਹੇ ਸੀਗੇ ਕਿ ਯਾਰ ਤੂੰ ਇਸ ਜਿਹੜਾ ਰਾਹ ਇੱਥੇ ਖੜ ਨਾ ਜਾਈ, ਇੱਥੇ ਜਿਹੜੀਆਂ ਭਟਕਣਾ ਆਈਆਂ ਖਿੰਡਾਵਾਂ ਆਈਆਂ ਇਹਨਾਂ 'ਚ ਉਲਝ ਕੇ ਨਾ ਰਹਿ ਜਾਈ, ਜਿਹੜਾ ਤੇਰਾ ਨਿਸ਼ਾਨਾ ਹੈਗਾ ਉਹਨੂੰ ਪਾ ਕੇ ਹੀ ਤੂੰ ਜਿਹੜਾ ਕੁਛ ਬਣ ਪਾਏਗਾ ਕੁਛ ਕਰ ਪਾਏਗਾ। ਤਾਂ ਉਹ ਮੇਰੇ ਇਸ ਜਵਾਬ ਨਾਲ ਸੰਤੁਸ਼ਟ ਸੀ ਔਰ ਮੈਂ ਹਮੇਸ਼ਾ ਹੀ ਇਹ ਗੱਲ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਬਹੁਤੇ ਲੋਕ ਮੈਨੂੰ ਆ ਕੇ ਇਹੀ ਗੱਲ ਕਹਿੰਦੇ ਆ ਕਿ ਯਾਰ ਲੋਕ ਸਾਡੇ 'ਤੇ ਤਾਂ ਹੱਸਦੇ ਰਹੇ ਹੈਗੇ, ਹੁਣ ਅਸੀਂ ਲੋਕਾਂ ਲਈ ਕਿਉਂ ਕਰੀਏ? ਅਸੀਂ ਜਿਹੜਾ ਕੁਛ ਕੀਤਾ ਆਪਣੀ ਮਿਹਨਤ ਨਾਲ ਕੀਤਾ, ਆਪਣੀ ਆਪਣੇ ਜਿਹੜਾ ਹੈਗਾ ਸਾਡੀ ਜਿਹੜੀ ਸਟਰਗਲ ਸੀ ਉਹਦੇ ਨਾਲ ਹੋਇਆ ਗਾ। ਮੈਂ ਬਿਲਕੁਲ ਉਹਨਾਂ ਨਾਲ ਵੀ ਸਹਿਮਤ ਹਾਂ ਕਿ ਹਾਂ ਇਹ ਹੁੰਦਾ ਗਾ, ਐਕਚੁਅਲ ਤੇ ਹੁੰਦਾ ਗਾ ਲੋਕਾਂ ਨਾਲ, ਲੋਕ ਤੁਹਾਡੇ ਤੇ ਹੱਸਦੇ ਆ, ਤਾਨੇ ਦਿੰਦੇ ਆ, ਕੰਜ ਕੱਸਦੇ ਹੈਗੇ, ਪਰ ਇਹ ਸਭ ਕਰਕੇ ਵੀ ਤੁਹਾਡੇ ਅੰਦਰੋਂ ਇਨਸਾਨੀਅਤ ਨਹੀਂ ਮਰਨੀ ਚਾਹੀਦੀ। ਇਨਸਾਨੀਅਤ ਦਾ ਸਿੱਧਾ ਤੇ ਸੌਖਾ ਸ਼ਬਦਾਂ ਦੇ ਵਿੱਚ ਇਹ ਹੈਗਾ ਕਿ ਇਨਸਾਨ ਉਹ ਹੁੰਦਾ ਜਿਹੜਾ ਕਿਸੇ ਵੀ ਦੂਜੇ ਪ੍ਰਾਣੀ ਦਾ, ਉਹ ਕੁਛ ਵੀ ਹੋ ਸਕਦਾ, ਚਾਹੇ ਜਾਨਵਰ ਹੈ ਚਾਹੇ ਮਨੁੱਖ ਹੈਗਾ, ਉਹਦਾ ਜੇ ਦੁੱਖ ਦਰਦ ਦੇਖ ਕੇ ਤੁਹਾਡੇ ਅੰਦਰੋਂ ਇੱਕ ਹਾਂ ਨਹੀਂ ਨਿਕਲਦੀ, ਇੱਕ ਚੀਜ਼ ਨਹੀਂ ਨਿਕਲਦੀ ਕਿ ਯਾਰ ਇਸ ਨੂੰ ਇਸ ਦੁੱਖ ਚੋਂ ਨਿਜਾਤ ਮਿਲਣੀ ਚਾਹੀਦੀ ਹੈ, ਔਰ ਜੇ ਮੈਂ ਇਸ ਕਾਬਲ ਹਾਂ ਜਾਂ ਮੈਂ ਇਹ ਜ਼ਰੀਆ ਬਣ ਸਕਦਾ ਗਾ ਤਾਂ ਮੈਨੂੰ ਇਸ ਇਨਸਾਨ ਦਾ ਇਸ ਪ੍ਰਾਣੀ ਦਾ ਦੁੱਖ ਦੂਰ ਕਰਨ ਦੇ ਵਿੱਚ ਜਿਹੜਾ ਮਦਦ ਕਰਨੀ ਚਾਹੀਦੀ ਹੈ। ਅਗਰ ਤੁਹਾਡੇ ਅੰਦਰੋਂ ਇਹ ਆਵਾਜ਼ ਤੁਹਾਡੇ ਅੰਦਰੋਂ ਨਹੀਂ ਆਉਂਦੀ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਅੰਦਰੋਂ ਇਨਸਾਨੀਅਤ ਖਤਮ ਹੋ ਚੁੱਕੀ ਹੈ। ਅਗਰ ਇਹ ਆਵਾਜ਼ ਵਾਰ ਵਾਰ ਆਉਂਦੀ ਹੈ ਤਾਂ ਮੈਂ ਸਮਝਦਾ ਕਿ ਤੁਹਾਡੇ ਅੰਦਰ ਇਨਸਾਨੀਅਤ ਜਿੰਦਾ ਗੀ, ਜੋ ਮੇਰੇ ਹਿਸਾਬ ਨਾਲ ਇਨਸਾਨ ਦੇ ਅੰਦਰ ਇਨਸਾਨੀਅਤ ਨਹੀਂ ਤਾਂ ਮੈਨੂੰ ਲੱਗਦਾ ਜਿਵੇਂ ਸਰੀਰ ਦੇ ਵਿੱਚ ਆਤਮਾ ਨਹੀਂ ਉਸ ਤਰ੍ਹਾਂ ਦਾ ਜਿਹੜਾ ਸੰਯੋਗ ਬਣ ਜਾਂਦਾ ਹੈਗਾ। ਸੋ ਇਸ ਕਰਕੇ ਮੈਂ ਇਸ ਗੱਲ ਦਾ ਇਹੀ ਜਵਾਬ ਦਿੰਦਾ ਗਾ ਕਿ ਇਹ ਨਾ ਸੋਚੋ ਕਿ ਸਮਾਜ ਨੇ ਤੁਹਾਨੂੰ ਕਦੇ ਤੰਜ ਕੱਸਿਆ, ਤਾਨੇ ਮਾਰੇ ਹੈਗੇ, ਪਰ ਉਸ ਜਿਹੜਾ ਸਮਾਜ ਨੇ ਇਹ ਗੱਲਾਂ ਵੀ ਤੁਹਾਨੂੰ ਦੇ ਕੇ ਤੁਹਾਨੂੰ ਅੱਗੇ ਪਹੁੰਚਾਇਆ ਹੈਗਾ, ਤਾਂ ਉਹਦਾ ਵੀ ਕੁਛ ਨਾ ਕੁਛ ਜਿਹੜਾ ਪੇ ਬੈਕ ਹੈਗਾ ਉਹ ਸਾਨੂੰ ਕਰ ਦੇਣਾ ਚਾਹੀਦਾ ਔਰ ਕਰਨਾ ਹੀ ਚਾਹੀਦਾ ਹੈਗਾ, ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਤੇ ਇਹ ਜਿਹੜੀ ਭਾਵਨਾ ਹੈਗੀ ਸਾਰੀ ਉਮਰ ਰਹਿਣੀ ਚਾਹੀਦੀ ਹੈਗੀ, ਮੇਰਾ ਮੰਨਣਾ ਤਾਂ ਇਹ ਹੈਗਾ। ਕਹਿੰਦੇ ਆ ਕਿ ਜੇਕਰ ਜਿਹੜੀ ਤੁਹਾਡੀ ਤੁਸੀਂ ਬਹੁਤ ਜ਼ਿਆਦਾ ਗਰੋ ਕਰ ਲਿਆ, ਬਹੁਤ ਜ਼ਿਆਦਾ ਕੁਛ ਕਮਾ ਲਿਆ, ਉਹਦੇ ਭਾਵਨਾ ਦਾ 1%, ਮਤਲਬ 100 ਦੇ ਵਿੱਚੋਂ 1% ਵੀ ਅਗਰ ਤੁਸੀਂ ਇਹ ਭਾਵਨਾ ਰੱਖ ਲੈਂਦੇ ਹੋ ਔਰ ਕਰਦੇ ਹੋ, ਤਾਂ ਮੈਨੂੰ ਲੱਗਦਾ ਕਿ ਜਿੰਨਾ ਵੀ ਹੁਣ ਅਸੀਂ ਡਿਪਰੈਸਡ ਕਲਾਸ ਦੀ ਗੱਲ ਕੀਤੀ ਹੈ, ਜਿਹੜੇ ਸਾਡੇ ਤੋਂ ਵੀ ਅਭਾਗੇ ਲੋਕ ਹੈਗੇ, ਸਾਡੇ ਤੋਂ ਵੀ ਥੱਲੇ ਉਸ ਉੱਥੇ ਬੈਠੇ ਹੈਗੇ, ਉਸ ਨੀਚੀਆਂ ਜਗ੍ਹਾ ਤੇ ਬੈਠੇ ਆ ਵਿਚਾਰੇ, ਅਗਰ ਅਸੀਂ ਉਹਨਾਂ ਲਈ ਕੁਛ ਕਰ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਮਾਜ ਹੈਗਾ, ਹੋਰ ਵਰਗਾ ਵਾਂਗ ਸਾਡਾ ਜਿਹੜਾ ਭਾਈਚਾਰਾ ਹੈਗਾ, ਉਹ ਵੀ ਖੁਸ਼ਹਾਲੀ ਦੇ ਰਸਤੇ ਪੈ ਜੂਗਾ। ਇੱਥੇ ਇਹ ਗੱਲ ਹੋਰ ਵੀ ਗੱਲ ਵਰਣਨ ਯੋਗ ਆ, ਔਰ ਮੈਂ ਕਹਿਣਾ ਚਾਹੁੰਦਾ, ਮਜ਼ਬੂਤੀ ਨਾਲ ਇਹ ਗੱਲ ਕਹਿਣਾ ਚਾਹੁੰਦਾ ਗਾ ਕਿ ਅਗਰ ਜਿਹੜੇ ਲੋਕ ਕਹਿੰਦੇ ਕਿ ਅਸੀਂ ਸਮਾਜ ਲਈ ਕਿਉਂ ਕਰੀਏ, ਜਿਨ੍ਹਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ, ਮੈਂ ਕਹਿਣਾ ਕਿ ਚੱਲ ਛੱਡ ਦਿਓ, ਤੁਸੀਂ ਸਮਾਜ ਲਈ ਕੁਛ ਨਾ ਕਰੋ। ਮੈਂ ਇੱਕ ਜਿਹੜਾ ਇੱਕ ਜਗ੍ਹਾ ਤੇ ਆ ਕੇ ਇਹਨਾਂ ਦੀ ਗੱਲ ਨਾਲ ਸਹਿਮਤ ਹੋ ਜਾਣਾ, ਪਰ ਮੈਂ ਤਾਂ ਇਹ ਕਹਿੰਦਾ ਕਿ ਤੁਹਾਡਾ ਜਿਹੜਾ ਪਰਿਵਾਰ ਆ, ਪਹਿਲਾਂ ਚਲੋ ਤੁਸੀਂ ਉਸਨੂੰ ਕਰ ਦਿੱਤਾ, ਇੱਕ ਪੇ ਬੈਕ ਕਰ ਦਿੱਤਾ, ਕਿਉਂਕਿ ਸਮਾਜ ਪਹਿਲਾਂ ਸਭ ਤੋਂ ਪਹਿਲਾਂ ਪਰਿਵਾਰ ਨੇ ਤੁਹਾਨੂੰ ਸੰਭਾਲਿਆ ਹੁੰਦਾ ਹੈਗਾ। ਅਗਰ ਫਿਰ ਵੀ ਤੁਹਾਡੇ ਕੋਲ ਸਮਰੱਥਾ ਹੈਗੀ ਹੈ, ਆਪਣਾ ਜਿਹੜਾ ਭਾਈਚਾਰਾ, ਭਾਈਚਾਰਾ ਮਤਲਬ ਸ਼ਰੀਕਾ ਹੈਗਾ, ਤਾਏ ਚਾਚੇ ਹੈਗੇ, ਉਹਨਾਂ ਦੇ ਅਗਰ ਬੱਚੇ ਇਸ ਕਾਬਲ ਹੈ,
ਉਹਨਾਂ ਨੂੰ ਤੁਸੀਂ ਆਪਣੀ ਜਿਹੜੀ ਮਦਦ ਦੇ ਕੇ ਉੱਪਰ ਉਠਾ ਸਕਦੇ ਹੋਗੇ। ਉਸ ਤੋਂ ਅਗਲਾ ਜਿਹੜਾ ਪੜਾਗ ਹੈ, ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਭਾਈਚਾਰੇ ਵਾਲੇ ਪਾਸੇ ਆ ਜਾਓ, ਆਪਣੇ ਪਿੰਡ ਲੈਵਲ ਤੇ ਮਦਦ ਕਰ ਦਿਓ, ਆਪਣਾ ਪਿੰਡ ਨੂੰ ਸੁਧਾਰ ਲਓ, ਜਿਸ ਤਰ੍ਹਾਂ ਕਿ NRI ਕਰ ਰਹੇ ਆ ਜੀ, ਬਹੁਤ ਅੱਛਾ ਉਪਰਾਲਾ ਹੈਗਾ ਉਹਨਾਂ ਨੇ। ਇਹ ਤਾਂ ਨਹੀਂ ਹੈਗਾ ਕਿ ਸਾਰੇ ਦੇਸ਼ ਦੀ ਜਾਂ ਸਾਰੇ ਹੀ ਮੁਲਕ ਦੀ, ਸਾਰੇ ਵਿਸ਼ਵ ਦੀ ਕੋਈ ਜ਼ਿੰਮੇਵਾਰੀ ਚੁੱਕੀ ਹੈਗੀ, ਉਹਨਾਂ ਨੇ ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਚੁੱਕੀ ਹੈਗੀ। ਤਾਂ ਇਹ ਵੀ ਇੱਕ ਜ਼ਰੀਆ ਹੈਗਾ ਜਿਹਦੇ ਜਿਹੜੇ ਅਸੀਂ ਆਪਣੇ ਸਮਾਜ ਨੂੰ ਕੁਛ ਵਾਪਸ ਮੋੜ ਸਕਦੇ ਹਾਂ। ਅਗਰ ਉਸ ਤੋਂ ਵੀ ਅਗਰ ਵੱਡੀ ਤੁਹਾਡੀ ਸਮਰੱਥਾ ਹੈਗੀ ਜਾਂ ਤੁਸੀਂ ਇੱਕ ਵੱਡੀ ਸੰਸਥਾ ਦੇ ਰੂਪ ਵਿੱਚ ਕੰਮ ਕਰ ਰਹੇ ਹੋ, ਤਾਂ ਹੋਰ ਅੱਗੇ ਜਾ ਕੇ ਜਿਹੜਾ ਸਮਾਜ ਆ, ਸਮਾਜ ਦੇ ਜਿਹੜੇ ਪੱਖ ਹੈਗੇ, ਉਹਨਾਂ ਨੂੰ ਤੁਸੀਂ ਹੋਰ ਉੱਚਾ ਚੱਕ ਸਕਦੇ ਹੋਗੇ। ਜਿਸ ਤਰ੍ਹਾਂ ਮੈਂ ਕਹਿੰਦਾ ਕਿ ਆਪਣੇ ਪਰਿਵਾਰ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈਗਾ, ਜੋ ਮੇਰਾ ਮੰਨਣਾ ਹੈਗਾ, ਜਿਹੜਾ ਪੇ ਬੈਕ ਹੈਗਾ ਆਪਣੇ ਵੱਲੋਂ ਕੁਛ ਮੁੜਨ ਦੀ ਜਿਹੜੀ ਗੱਲ ਕਹਿਣਾ ਹੈਗਾ, ਉਸ ਪਰਿਵਾਰ ਤੋਂ ਸ਼ੁਰੂ ਕਰ ਲਓ। ਪਰਿਵਾਰ ਤੋਂ ਅੱਗੇ ਆਪਣੇ ਜਿਹੜੇ ਤਾਏ ਚਾਚੇ ਹੈਗੇ, ਕਜ਼ਨ ਹੈਗੇ, ਉਹਨਾਂ ਨੂੰ ਉੱਪਰ ਉਠਾ ਲਓ। ਉਹਨਾਂ ਤੋਂ ਉੱਪਰ ਉੱਠਦੇ ਉੱਠਦੇ ਅਗਰ ਉਹਨਾਂ ਨੂੰ ਨਾਲ ਜੋੜ ਲਿਆ, ਤਾਂ ਫਿਰ ਜਿਹੜਾ ਹੋਰ ਭਾਈਚਾਰਾ ਜਾਂ ਪਿੰਡ ਲੈਵਲ ਹੈਗਾ, ਫਿਰ ਸ਼ਹਿਰ ਲੈਵਲ ਹੈ, ਹੋਰ ਇਸ ਤਰ੍ਹਾਂ ਜਿਹੜੇ ਹੈਗੇ ਹੈਗੇ, ਇਹ ਪੜਾਅ ਦਰ ਪੜਾਅ ਅਗਰ ਅਸੀਂ ਆਪਣੇ ਸਮਾਜ ਸੇਵਾ ਵਾਲੇ ਪਾਸੇ ਤੁਰਾਂਗੇ, ਤਾਂ ਮੈਨੂੰ ਨੀ ਲੱਗਦਾ ਕਿ ਜਿਹੜਾ ਅਸੀਂ ਸਮਾਜ ਨੂੰ ਕੁਝ ਮੋੜਨ ਦੇ ਤੇ ਉਸ ਨੂੰ ਇੱਕ ਚੰਗਾ ਸਮਾਜ ਸਿਰਜਣ ਦੀ ਜਿਹੜੀ ਮੈਂ ਗੱਲ ਕਰ ਰਿਹਾ ਗਾ, ਉਹ ਜਿਹੜਾ ਸੁਪਨਾ ਹੈਗਾ ਉਹ ਸੱਚ ਹੋ ਸਕਦਾ ਔਰ ਵਾਕਿਆ ਹੁੰਦਾ ਹੈਗਾ ਔਰ ਹੋਏਗਾ। ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਿਸਾਲ ਹੈਗੀ ਹੈਗੀ ਕਿ ਉੱਥੋਂ ਦੇ ਜਿਹੜੇ NRI ਲੋਕ ਆ ਜਾਂ ਪਿੰਡ ਦੇ ਜਿਹੜੇ ਲੋਕ ਆ, ਸਾਰਿਆਂ ਨੇ ਮਿਲ ਕੇ ਆਪਣੇ ਆਪਣੇ ਢੰਗ ਨਾਲ ਕੰਟਰੀਬਿਊਟ ਕੀਤਾ, ਮਤਲਬ ਸਹਿਯੋਗ ਕੀਤਾ, ਉਹ ਅੱਜ ਨਮੂਨੇ ਦੇ ਪਿੰਡ ਬਣ ਗਏ ਹੈਗੇ। ਉੱਥੇ ਹਰ ਜਗ੍ਹਾ ਹਰ ਸਹੂਲਤ ਮੌਜੂਦ ਆ, ਉੱਥੇ ਦੇ ਬੱਚੇ ਅੱਛੀ ਤਰੱਕੀ ਕਰ ਰਹੇ ਆ ਹਰੇਕ ਪਾਸੇ, ਖੇਡਾਂ ਦੇ ਵਿੱਚ, ਪੜ੍ਹਾਈ ਦੇ ਵਿੱਚ। ਤਾਂ ਇਸ ਤਰ੍ਹਾਂ ਵੀ ਅਸੀਂ ਆਪਣੇ ਸਮਾਜ ਨੂੰ ਮੋੜ ਸਕਦੇ ਹਾਂ ਔਰ ਮੋੜਨਾ ਚਾਹੀਦਾ ਹੈਗਾ। ਜੀ ਸਰ, ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਕੇ ਜੇ ਵੇਖਿਆ ਜਾਵੇ ਓਵਰਆਲ ਤਾਂ ਜਿਹੜੇ ਅਸੀਂ ਸਰਵਿਸ ਪ੍ਰੋਵਾਈਡਰ ਹੈ ਸੋਸਾਇਟੀ ਦੇ ਵਿੱਚ, ਤੁਸੀਂ ਮੈਡੀਕਲ ਦੇ ਹੋ, ਇਸ ਤਰੀਕੇ ਨਾਲ ਆਪਾਂ ਸਾਰੇ ਦੇ ਸਾਰੇ ਗਿਣ ਸਕਦੇ ਹੈਗੇ ਹਾਂ, ਜੇ ਆਪਾਂ ਉਸ ਨੁਕਤਾ ਨਿਗਾਹ ਤੋਂ ਵੀ ਵੇਖੀਏ ਤੇ ਉਹ ਲੱਗਦਾ ਵੀ ਜਿਹੜੇ ਪ੍ਰੋਵਾਈਡਰਸ ਹੈਗੇ ਨੇ ਉਹਨਾਂ ਕੋਲ ਸਕੋਪ ਬਹੁਤ ਚੰਗਾ ਹੈ ਔਰ ਰਿਸੀਵਿੰਗ ਐਂਡ ਦੇ ਉੱਪਰ ਸਗੋਂ ਓਨੇ ਲੋਕ ਨਹੀਂ ਹੈਗੇ, ਪਰ ਇਹ ਹੰਭਲਾ ਜਿਹੜਾ ਹੈ ਸਮੂਹਕ ਤੌਰ ਦੇ ਉੱਪਰ ਕਰਨ ਦੀ ਲੋੜ ਹੈ। ਵੈਸੇ ਤਾਂ ਆਪਾਂ ਸਮਝਦੇ ਹੈਗੇ ਨੇ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਆਪਾਂ ਸਮਝ ਲੈਂਦੇ ਹੈਗੇ ਹਾਂ ਵੀ ਸਰਕਾਰ ਹੈ ਜੀ, ਇਹ ਅਸੀਂ ਉਹਨਾਂ ਨੂੰ ਚੁਣਤਾ ਤੇ ਉਹ ਕਰੇ, ਪਰ ਆਪਾਂ ਨੂੰ ਇਹ ਵੀ ਪਤਾ ਹੈ ਵੀ ਸਰਕਾਰ ਸਾਰੇ ਦਾ ਸਾਰਾ ਕੁਛ ਨਹੀਂ ਕਰ ਸਕਦੀ। ਇਸੇ ਕਰਕੇ ਸਰਕਾਰ ਦੇ ਨਾਲ ਜੇ ਅਸੀਂ ਵੀ ਆਪਣਾ ਹੱਥ ਜੋੜੀਏ ਤੇ ਮੈਨੂੰ ਲੱਗਦੀ ਅਸੀਂ ਸਮਾਜ ਦੇ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕਾਂਗੇ ਜਿੱਥੇ ਸਰਕਾਰ ਦੇ ਹੱਥ ਵੀ ਨਹੀਂ ਪਹੁੰਚਦੇ। ਸੋ ਇਹ ਤਾਂ ਸਿਰਫ ਵੇਖਣ ਦੀ ਗੱਲ ਹੈ ਔਰ ਰੀਅਲਾਈਜ਼ ਕਰਨ ਦੀ ਗੱਲ ਹੈ ਔਰ ਮਨ ਬਣਨ ਦੀ ਗੱਲ ਹੈ। ਜਦੋਂ ਅਸੀਂ ਉਸ ਪਾਸੇ ਤੁਰਨਾ ਸ਼ੁਰੂ ਕਰਦੇ ਹਾਂ ਤਾਂ ਉਹ ਸਮਰੱਥਾ ਵੀ ਉਸ ਪਾਸੇ ਆਈ ਜਾਊਗੀ, ਧਿਆਨ ਵੀ ਉਸ ਪਾਸੇ ਆਈ ਜਾਊਗਾ, ਊਰਜਾ ਵੀ ਉਸ ਪਾਸੇ ਆਈ ਜਾਊਗੀ ਔਰ ਉਹਦੇ ਵਿੱਚ ਸਫਲਤਾ ਜਿਹੜੀ ਹੈਗੀ ਹੈ ਉਹ ਵੀ ਜ਼ਰੂਰ ਮਿਲੇਗੀ। ਔਰ ਜੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਵੇਂ ਕੁਝ ਪਿੰਡ ਜਿਹੜੇ ਹੈਗੇ ਨੇ ਉਹ ਹੁਣ ਆਦਰਸ਼ਕ ਪਿੰਡ ਬਣ ਚੁੱਕੇ ਨੇ, ਹਾਂ ਉਹ ਦੇਖਾ ਦੇਖੀ ਹੋਰ ਲੋਕਾਂ ਦੇ ਵਿੱਚ ਵੀ, ਹੋਰ ਪਿੰਡਾਂ ਦੇ ਵਿੱਚ ਵੀ ਇਸ ਗੱਲ ਦੀ ਪਿਆਸ ਬਣਦੀ ਹੈ, ਇਸ ਗੱਲ ਦੀ ਆਸ ਵੀ ਬਣਦੀ ਹੈ ਕਿ ਜੇ ਉਹ ਕਰ ਸਕਦੇ ਨੇ ਤਾਂ ਅਸੀਂ ਵੀ ਕਰ ਸਕਦੇ ਹੈਗੇ ਹਾਂ। ਗੱਲ ਇਹ ਹੈ ਵੀ ਸਾਰਿਆਂ ਦਾ ਮਿਲ ਕੇ ਸਮੂਹਕ ਤੌਰ ਦੇ ਉੱਪਰ ਉਸ ਐਨਰਜੀ ਨੂੰ ਇਕੱਠਿਆਂ ਕਰਕੇ ਇੱਕ ਦੂਸਰੇ ਪ੍ਰਤੀ ਸੰਵੇਦਨਸ਼ੀਲ ਹੋ ਕੇ ਉਸ ਕੰਮ ਨੂੰ ਵਿੱਢਣ ਦੀ ਜ਼ਰੂਰਤ ਹੈ ਅਤੇ ਮੇਰਾ ਖਿਆਲ ਹੈ ਉਹਦੇ ਵਿੱਚ ਸਫਲਤਾ ਵੀ ਜਿਹੜੀ ਹੈਗੀ ਹੈ ਉਹ ਆਵਾਸ਼ੀ ਮਿਲਦੀ ਹੈ ਫਿਰ। ਜੀ ਬਿਲਕੁਲ ਸਰ, ਮੈਂ ਇਸ ਪੁਆਇੰਟ ਤੇ ਆਉਣਾ ਚਾਹੁੰਦਾ ਸੀਗਾ ਕਿ ਜਿਸ ਤਰ੍ਹਾਂ ਅਸੀਂ ਸਰਵਿਸ ਪ੍ਰੋਵਾਈਡਰ ਹੈ, ਹਰੇਕ ਜਗ੍ਹਾ ਤੇ ਅਸੀਂ ਸੇਵਾ ਦੇ ਰਹੇ ਹਾਂ, ਪੇਸ਼ੇ ਪੱਖੋਂ ਡਾਕਟਰ ਹੈ ਤਾਂ ਬਹੁਤੇ ਲੋਕ ਸਿੱਖਿਆ ਨਾਲ ਜੁੜੇ ਹੋਏ ਹੈਗੇ, ਹੋਰ ਵੱਖ ਵੱਖ ਜਿਹੜੇ ਪਹਿਲੂ ਹੈਗੇ ਜੋ ਅਸੀਂ ਸਮਾਜ ਨੂੰ ਸੇਵਾ ਦੇ ਰਹੇ ਹਾਂ, ਹਾਲਾਂਕਿ ਉਹਦੇ ਲਈ ਸਾਨੂੰ ਪੇ ਵੀ ਹੁੰਦਾ ਹੈਗਾ ਔਰ ਤਨਖਾਹ ਵੀ ਮਿਲਦੀ ਹੈ। ਜਿਸ ਤਰ੍ਹਾਂ ਮੈਂ ਆਪਣੇ ਤੋਂ ਗੱਲ ਸ਼ੁਰੂ ਕਰ ਲੈਂਦਾ, ਜਿਸ ਤਰ੍ਹਾਂ ਮੈਂ ਡਾਕਟਰ ਹਾਂ, ਮੈਂ ਪੇ ਬੈਕ ਕਿਸ ਤਰ੍ਹਾਂ ਕਰ ਸਕਦਾ ਹੈਗਾ? ਡਾਕਟਰਾਂ ਲਈ ਤਾਂ ਸਭ ਤੋਂ ਸੌਖਾ ਅਤੇ ਸੌਖਾ ਜਿਹੜਾ ਕੰਮ ਹੈਗਾ ਪੇ ਬੈਕ ਦਾ, ਉਹ ਤਾਂ ਇਹੀ ਹੈ ਕਿ ਮਤਲਬ ਮੈਂ ਆਪਣੇ ਜਿੱਥੇ ਵੀ ਮੈਂ ਨੌਕਰੀ ਕਰਦਾ ਗਾ, ਜਿੱਥੇ ਵੀ ਮੈਂ ਕੰਮ ਕਰਦਾ ਗਾ, ਉੱਥੇ ਜੋ ਵੀ ਮਰੀਜ਼ ਆਉਂਦੇ ਹੈਗੇ, ਪਹਿਲੀ ਗੱਲ ਤਾਂ ਉਹਨਾਂ ਨੂੰ ਇਨਸਾਨੀਅਤ ਦੇ ਨਾਤੇ ਇੱਕ ਦੁਖੀ ਸਰੀਰ ਦੇਖ ਕੇ ਉਹਨਾਂ ਦਾ ਇਲਾਜ ਕਰਨਾ, ਉਹਨਾਂ ਦਾ ਦੁੱਖ ਦੂਰ ਕਰਨਾ, ਜੋ ਇਨਸਾਨੀਅਤ ਦੀ ਮੈਂ ਡੈਫੀਨੇਸ਼ਨ ਪਹਿਲਾਂ ਦਿੱਤੀ ਹੈਗੀ, ਸਾਡੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਮੈਂ ਕਿਸੇ ਦਾ ਦੁੱਖ ਦੂਰ ਕਰਨਾ। ਉਸ ਤੋਂ ਅਗਲੀ ਗੱਲ, ਮੰਨ ਲਓ ਉਹ ਜਿਹੜਾ ਮਰੀਜ਼ ਹੈਗਾ ਉਹ ਮੇਰੇ ਕੋਲ ਚੱਲ ਕੇ ਆਉਂਦਾ, ਮੇਰੇ ਤੇ ਭਰੋਸਾ ਕਰਕੇ ਆਉਂਦਾ ਹੈਗਾ, ਤੇ ਮੈਂ ਅਗਰ ਉਸ ਮੇਰੇ ਕੋਲ ਉਸ ਚੀਜ਼ ਦਾ, ਕਿਉਂਕਿ ਹਰੇਕ ਮਨੁੱਖ ਸੰਪੂਰਨ ਤਾਂ ਹੈ ਨਹੀਂ ਔਰ ਮੈਡੀਕਲ ਸਾਇੰਸ ਨੇ ਤਾਂ ਇਸ ਦੀਆਂ ਬਹੁਤ ਜ਼ਿਆਦਾ ਬ੍ਰਾਂਚਾਂ ਬਣਾਈਆਂ ਹੋਈਆਂ ਹੈਗੀਆਂ, ਹੱਡੀਆਂ ਦਾ ਡਾਕਟਰ ਅਲੱਗ ਹੈਗਾ, ਦਿਮਾਗ ਦਾ ਅਲੱਗ ਹੈ, ਪੇਟ ਦਾ ਅਲੱਗ ਹੈਗਾ, ਅਲੱਗ ਅਲੱਗ ਜਿਹੜੇ ਸਿਸਟਮ ਦੇ ਹਿਸਾਬ ਨਾਲ ਜਿਹੜੇ ਹੈਗੇ ਹੈਗੇ ਉਹ ਵੰਡੇ ਹੋਏ ਹੈਗੇ, ਵਿਸ਼ੇ ਜਿਹੜੇ ਉਹ ਵੰਡੇ ਹੋਏ ਆ, ਉਹਦੇ ਹਿਸਾਬ ਨਾਲ ਹੀ ਜਿਹੜਾ ਸਰੀਰ ਦਾ ਇਲਾਜ ਹੁੰਦਾ ਹੈਗਾ।
एक डॉक्टर इलाका दे कुछ नहीं कर सकता, क्योंकि जे मान लो एक जिहड़ा शुगर का मरीज है उन्होंने दिमाग की भी प्रॉब्लम है, तो यह नहीं है कि कला मेडिसिन का डॉक्टर ही ट्रीट करेगा, तो वह अपने जिहड़े नाल दे दिमाग के डॉक्टर है न्यूरोसर्जन न्यूरोलॉजिस्ट है उन्होंने भी गल कर सकता है। तो इतने यह गल मैं कहनी चाहना गा कि अगर जो सर्विस प्रोवाइडर लोग है जी वह अगर होर कुछ नहीं कर सकते नौकरी के दौरान ज उन्होंने समाज सेवा वाले पास होर कुछ नहीं कर सकते तो वह इन्ना जरूर कर कि वह लोगों को सही गाइड कर दे सही रास्ते पा दे, क्योंकि जिस तरह मैं कह रहा है कि हरेक डॉक्टर सारा इलाज नहीं कर सकता उन्हें किसी ना किसी की होर सलाह लेनी पैंदी और जरूरत भी होंगी मरीज की, उस मरीज न अगर असी सही जगह सही राह दिखा के सही डॉक्टर के कोल पहुंचा दिए तो वह मरीज की जी जान है वह बच जाती है और वह मरीज जो चंगी जिंदगी जीने के काबिल हो जाता है। और मेडिकल साइंस के बच्चे बहुत ज्यादा जरूरी है कि जेडे सारे सिस्टम है वह इंटरलिंक्ड है, इस करके एक तो ठीक नहीं हो रहा है एक नाल प्रॉब्लम तुहानू समझ नहीं आ रही, एदा ए नहीं होगा कि मेरा कोई नां खराब हो जाऊगा कि यार ये तो मरीज ठीक नहीं होगा, अपनी जी घटिया होमे हैगी घटिया ईगो हैगी उहनू छड्ड देना चाहिए है और यह सोचना चाहिए है कि इहदी जगह ते अगर मेरा कोई रिश्तेदार हुंदा जां मेरा कोई साख संबंधी हुंदा जां मेरा ही बच्चा हुंदा जां मेरा कोई माँ प्यो इस स्टेज दे विच आउंदा तां उहदे नाल भी अगर यह कुछ हुंदा तां मैं बर्दाश्त नहीं कर सकदा सी। सो इस करके जिहड़े सर्विस प्रोवाइडर लोग हैगे वो इस पासे नूं तुर पैण कि उन्हां नूं सही दिशा देण सही राह दिखा के कि यह तुहाडे वास्ते सही है इस तरह कर लो इस तरह तुहाडा भला हो सकता है। पहली गल तो यह है ये डॉक्टर्स वास्ते है जी। दूजी गल जिहड़े कानूनी पक्ष नाल जुड़े हुए लोग है कि वह भी बहुत जगह जिहड़ा हैगा ना वह किसी ना किसी पक्ष से जिहड़े खास करके दबे कुचले लोग उन्हां नाल धक्का हो रहा है बहुत ज्यादा हो रहा है, कदे जमीन प्राप्ति के नाते है कदे किसी तरह के नाते है। अगर जो कानूनी पक्ष से जुड़े हुए लोग अगर उन्होंने वो सही राह दिखा दें कि नहीं तो ये हक है इस तरह ये हक मिल सकता है तो वह भी एक पे बैक होगा। एक जी मैं ये नहीं कह रहा है कि तुम बिल्कुल मुफ्त काम करना शुरू कर दो क्योंकि तुम अपना घर भी तो चलाना है, यह नहीं है कि तुम मतलब पैसे जिस तरह पैसे की गल है कि पैसे के बिना घर चलना मुश्किल है, तो तुम एक पैसा तो जिंदगी जीवन वास्ते जरूरी है वो पैसा भी तुम कमा है पर वह पैसा कमाते कमाते एक जायज तरीके अगर पैसा तुम कमाते कमाते लोगों की सही तरीके मदद करते होंगे सही उन्होंने राह दिखाते होंगे उन्होंने जो बनता सहूलत जी बननी चाहिए जो मिलनी चाहिए वो अगर दिने तो मैं लगता है कि यह भी एक समाज में अपने वालों कुछ मोड़न की जी गल है दसवंध की भी गल है, मैं इस अंतर्गत ही मन सकता है और मन भी रहा है कि इस तरह भी तुम समाज की सेवा कर सकते हो। यह जरूरी नहीं है कि तुम अपना काम छोड़ो अपना कोई बहुत ज्यादा पैसा इनवैसट करो बहुत ज्यादा टाइम इनवैसट करो, नहीं तुम जी नौकरी कर रहे हो पहले तो नौकरी वाले पास की गल शुरू की हुई है, अगर जी नौकरी कर रहे हो ईमानदारी ना करते रहो लोगों को बेवकूफ बनाए बिना अगर तुम अपना काम कर रहे हो तो यह भी एक समाज की सेवा ही है बहुत वड्डी सेवा हैगी मैं समझदा इस तरह असी वापस मोड़ सकते हैं। दूजी गल यह हैगी कि जिथे भी सानू कोई इस तरह की नौबत आउंदी हैगी उत्थे सानू पिछे भी नहीं हटना चाहिए, मान लो किसी नाल धक्केशाही हो रही हैगी किसी भी पक्ष से हो सकती है जी किसी भी एंगल तो हो सकती है, अगर असी उस धक्केशाही के खिलाफ भी खड़ांगे तो यह भी एक समाज को वापस मोड़न वाली गल है जिस तरह के साड़ियां बहुत सारिया जथेबंदियां है जिथे भी जेडे प्रैशर ग्रुप्स है साडे समाज के वो जिथे भी किसी नाल भी कोई धक्का हुंदा है किसी भी पक्ष तो धक्का हुंदा है चाहे धार्मिक पक्ष तो राजनीतिक पक्ष तो जां कोई लोक हकां की जदों कोई गल आउंदी है तो वह जिहड़ा पहाड़ वांगू अड़ के खड़ जांदा कि दसो करके दिखाओ इस तरह तुसीं नहीं कर सकदे, उस धक्केशाही के खिलाफ खड़ना भी समाज नूं अपने वालों वापस मोड़न की गल कही हैगी। और सब तो वड्डी गल जिहड़े भी मीडिया नाल जुड़े हुए लोग हैगे उन्हां लई तां इह पे बैक करन दा सब तो वड्डा ते सौखा तरीका इह है कि जो भी उन्हां दे शब्द हैगे वह जिहड़े शब्दां दी जिहड़ी मर्यादा दे विच रहिण और वह जिहड़े शब्द हैगे वह इस तरीके नाल वरते जाण कि जिस तरह समाज का भला हो सके उन्होंने सही तरह जागरूक करने के मदद कर सकते हो एक चंगी सोच दे सकते हो एक चंगे जिहड़े आइडियाज है जिहड़े समाज सेवा वाले पासे क्योंकि जिहड़ा पत्रकार है वह दायरा बहुत विशाल होंदा है उहदा उहनू हर तरह के लोगों नाल उहदा वाह पैंदा है हर तरीकां नूं क्योंकि जिहड़ी पत्रकार की समझ है सूझ है वह बहुत सूखम हुंदी है वह बहुत चीज़ां ऑबजर्व करदा है तो वह चंगीआं चीज़ां उजागर करे जिस तरह कि बहुत सारे लोग मोटीवेशन के तौर पर ज कही कि लोगों उत्साहित करने वास्ते कि इतने आ जगह से आ इस तरह लोग काम कर रहे हैं इस तरह समाज का इस तरह भला हो रहा है तो तुम भी इस तरह ये काम करके भला कर सकते हो जिस तरह अभी पिंड की गल की NRI ने पिंड अडोप्ट किए है आदर्श पिंड बना दिते है, तो जरूरी नहीं है कि सारा कुछ सरकार ही कर
ਬਹੁਤਾ ਕੁਛ ਅਸੀਂ ਵੀ ਕਰਨਾ ਹੈਗਾ ਔਰ ਸਾਨੂੰ ਹੀ ਕਰਨਾ ਚਾਹੀਦਾ ਹੈਗਾ। ਬਹੁਤੀ ਜਿਹੜੀ ਟੇਕ ਹੈਗੀ ਉਹ ਦੂਜਿਆਂ ਤੇ ਨਹੀਂ ਰੱਖਣੀ ਚਾਹੀਦੀ ਗੀ। ਤਾਂ ਜਿੰਨੇ ਵੀ ਜੋਗੇ ਅਸੀਂ ਹੈਗੇ ਹਾਂਗੇ, ਜਿੰਨੇ ਵੀ ਜੋਗਾ ਅਸੀਂ ਕੁਛ ਕਰ ਸਕਦੇ ਹਾਂ ਕਿਸੇ ਲਈ, ਤਾਂ ਉਹ ਜ਼ਰੂਰ ਸਮਾਜ ਨੂੰ ਮੋੜਨਾ ਚਾਹੀਦਾ ਹੈਗਾ। ਤੇ ਇਸ ਜਿਹੜੇ ਕਾਰਜ ਹੈ, ਜਿਹੜਾ ਸਮਾਜ ਸੇਵਾ ਦਾ ਕਾਰਜ ਹੈ ਖਾਸ ਕਰਕੇ, ਉਹਦੇ ਲਈ ਕੁਝ ਨੁਕਤੇ ਆ ਜਿਹੜੇ ਮੈਂ ਸਮਝਦਾ ਗਾ ਕਿ ਅੱਜ ਇੱਥੇ ਸਾਂਝੇ ਮੈਂ ਕਰਦੇ ਹਾਂ, ਤਾਂ ਜਿਸ ਤੋਂ ਹੋਰ ਲੋਕ ਆ ਜਿਹੜੇ ਉਹ ਹੌਸਲਾ ਉਹਨਾਂ ਨੂੰ ਮਿਲੇਗਾ ਜਾਂ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲ ਜਾਏਗੀ ਕਿ ਅਸੀਂ ਇਹ ਲੋਕ ਕਰ ਰਹੇ ਤਾਂ ਸਾਨੂੰ ਵੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੀ ਸਮਾਜ ਸੇਵਾ ਹੈਗੀ ਨਾ, ਇਹਨੂੰ ਆਪਣਾ ਜਿਹੜਾ ਰੋਜ਼ਾਨਾ ਦੇ ਜਿਹੜੇ ਕੰਮ ਹੈਗੇ ਉਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈਗਾ। ਇਹ ਇੱਕ ਮਤਲਬ ਕੰਮ, ਇਹਨੂੰ ਕੰਮ ਨਹੀਂ, ਇਹਨੂੰ ਇੱਕ ਆਪਣਾ ਰੋਜ਼ਾਨਾ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣਾਉਣਾ ਪਊਗਾ ਜੇ ਅਗਰ ਅਸੀਂ ਇਸ ਪਾਸੇ ਨੂੰ ਤੁਰਨਾ ਗਾ। ਅਗਰ ਹਰੇਕ ਬੰਦਾ ਇਸ ਪਾਸੇ ਨੂੰ ਤੁਰ ਪਊਗਾ, ਇਹ ਆਪਣੇ ਜ਼ਿੰਦਗੀ ਦੇ ਰੋਜ਼ਾਨਾ ਦੇ ਕੰਮ 'ਚ ਸ਼ਾਮਿਲ ਕਰ ਲੂਗਾ ਕਿ ਯਾਰ ਮੈਂ ਕਿਸੇ ਦਾ ਇਸ ਤਰ੍ਹਾਂ ਭਲਾ ਕਰਨਾ, ਕਿਸ ਤਰ੍ਹਾਂ ਵੀ ਕਰਨਾ ਹੈਗਾ, ਉਹ ਉਸਦੇ ਕੰਮ ਤੇ ਡਿਪੈਂਡ ਕਰਦਾ। ਜਿਸ ਤਰ੍ਹਾਂ ਮੈਂ ਕਈ ਅਦਾਰੇ ਗਿਣਾ ਤੇ ਹੈਗੇ ਜਿਹੜੇ ਸਿੱਖਿਆ ਸ਼ਾਸਤਰੀ ਆ, ਉਹ ਬੱਚਿਆਂ ਨੂੰ ਸਹੀ ਦਿਸ਼ਾ 'ਚ ਪੜ੍ਹਾਈ ਜਾਂ ਸਹੀ ਗਾਈਡ ਕਰ ਸਕਦੇ ਹੈਗੇ, ਉਹ ਹੋ ਸਕਦਾ ਹੈਗਾ। ਡਾਕਟਰ ਹੈਗਾ ਉਹ ਸਹੀ ਦਿਸ਼ਾ 'ਚ ਇਲਾਜ ਕਰੇ ਔਰ ਸਹੀ ਉਹਨਾਂ ਨੂੰ ਗਾਈਡ ਕਰੇ। ਪੱਤਰਕਾਰਾਂ ਦੀ ਜਾਂ ਉਹਨਾਂ ਦੀ ਮੈਂ ਗੱਲ ਕੀਤੀ ਕਿ ਉਹ ਲੋਕਾਂ ਨੂੰ ਜਿਹੜਾ ਰਾਹ ਦਿਖਾਉਣ, ਸ਼ੀਸ਼ਾ ਦਿਖਾਉਣ ਕਿ ਇਹ ਇਸ ਤਰ੍ਹਾਂ ਹੋ ਸਕਦਾ ਹੈਗਾ। ਇਹ ਸਾਡੇ ਜਿਹੜਾ ਰੋਜ਼ਾਨਾ ਦੇ ਵਿੱਚ ਸ਼ਾਮਿਲ ਹੋ ਸਕਦਾ, ਔਰ ਅਧਿਆਪਕ ਵਰਗ ਨੂੰ ਤਾਂ ਖਾਸ ਕਰਕੇ ਇਹ ਜਿਹੜਾ ਪਾਸਾ ਹੈਗਾ ਉਹ ਚੁਣਨਾ ਪਏਗਾ ਔਰ ਇਸ ਪਾਸੇ ਚੱਲਣਾ ਪਏਗਾ, ਕਿਉਂਕਿ ਅਧਿਆਪਕ ਵਰਗ ਨੇ ਹੀ ਜਿਹੜਾ ਸਾਡੇ ਸਮਾਜ ਦੀ ਇੱਕ ਨੀਂਹ ਰੱਖਣੀ ਹੁੰਦੀ ਹੈ। ਅਗਰ ਉੱਥੋਂ ਇਹ ਗੱਲ ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਆ ਗਈ ਕਿ ਅਸੀਂ ਜਿਵੇਂ ਜਿਵੇਂ ਤਰੱਕੀਆਂ ਕਰਦੇ ਜਾਵਾਂਗੇ, ਜਿਵੇਂ ਜਿਵੇਂ ਅਸੀਂ ਆਪਣੇ ਮੁਕਾਮ ਪਾਉਂਦੇ ਜਾਵਾਂਗੇ, ਤਾਂ ਸਾਡਾ ਜਿਹੜਾ ਨੈਤਿਕ ਫਰਜ਼ ਆ ਉਹ ਹੋਰ ਡੂੰਘਾ ਹੁੰਦਾ ਜਾਏਗਾ ਕਿ ਆਪਣੇ ਵੱਲੋਂ ਸਮਾਜ ਨੂੰ ਕੁਛ ਮੋੜਨਾ ਹੈਗਾ। ਔਰ ਜਿਹੜੇ ਬਹੁਤ ਜ਼ਿਆਦਾ ਜਿਹੜੇ ਅਧਿਆਪਕ ਹੈਗੇ ਇਸ ਪੱਖੋਂ ਵਧਾਈ ਦੇ ਪਾਤਰ ਹੈਗੇ ਕਿ ਉਹ ਸਮਾਜ ਸੇਵਾ ਵਾਲੇ ਪਾਸੇ ਤੁਰੇ ਹੋਏ ਹੈਗੇ। ਮੈਂ ਬਹੁਤ ਅਧਿਆਪਕਾਂ ਨੂੰ ਜਾਣਦਾ, ਬਹੁਤ ਅਧਿਆਪਕਾਂ ਨੂੰ ਜਾਣਦਾ ਜਿਹੜੇ ਆਪਣੇ ਪੱਧਰ ਤੇ ਬਹੁਤ ਅੱਛੇ ਕੰਮ ਕਰ ਰਹੇ ਹੈਗੇ, ਬਹੁਤ ਜਿਹੜੇ ਕੋਚਿੰਗ ਆਪਣੇ ਪੱਧਰ ਤੇ ਕੋਚਿੰਗ ਦਿੰਦੇ ਹੈਗੇ ਅਲੱਗ ਅਲੱਗ ਤਰ੍ਹਾਂ ਦੀ, ਤਾਂ ਉਹ ਬਹੁਤ ਸਾਰੇ ਬੱਚਿਆਂ ਨੂੰ ਫ੍ਰੀ ਪੜ੍ਹਾ ਰਹੇ ਆ ਔਰ ਬਿਨਾਂ ਕਿਸੇ ਮਤਲਬ ਚੱਕਾ ਚੌਂਹ ਰੁਲੇ ਹੋਏ। ਮਤਲਬ ਇਹ ਨੀ ਚਾਹੁੰਦੇ ਕਿ ਸਾਡਾ ਰੋਜ਼ ਹੀ ਕੋਈ ਖ਼ਬਰਾਂ ਦੇ ਵਿੱਚ ਨਾਮ ਆਵੇ ਜਾਂ ਸਾਡਾ ਕੋਈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਕੋਈ ਚਰਚਾ ਹੋਵੇ, ਬਿਲਕੁਲ ਆਰਾਮ ਨਾਲ ਲੱਗੇ ਹੋਏ ਯਾਰ। ਬਹੁਤ ਹੀ ਵਾਰ ਤਾਂ ਨਾਲ ਦੇ ਬੱਚਿਆਂ ਨੂੰ ਵੀ ਨੀ ਪਤਾ ਹੁੰਦਾ ਕਿ ਸਾਡਾ ਜਿਹੜਾ ਟੀਚਰ ਹੈਗਾ ਇਸ ਤਰ੍ਹਾਂ ਦੀ ਸਮਾਜ ਸੇਵਾ ਕਰ ਰਿਹਾ ਹੈਗਾ, ਔਰ ਬਹੁਤ ਲੁਕਵੇਂ ਢੰਗ ਨਾਲ ਉਹ ਕਰਦੇ ਪਏ ਆ ਔਰ ਬਹੁਤ ਅੱਛਾ ਕੰਮ ਕਰਦੇ ਪਏ ਹੈਗੇ। ਜਿਸ ਤਰ੍ਹਾਂ ਸੁਪਰ 30 ਦੀ ਮੈਂ ਇੱਥੇ ਉਦਾਹਰਣ ਦੇ ਦਾਂ, ਇਸ ਤਰ੍ਹਾਂ ਸਾਡੇ ਜਿਹੜੇ ਅਧਿਆਪਕ ਵਰਗ ਆ ਉਹ ਇਸ ਚੀਜ਼ ਨੂੰ ਸਮਝ ਲਵੇ ਕਿ ਸੁਪਰ 30 ਜਿਹੜੀ ਫਿਲਮ ਆਈ ਸੀ ਉਹ ਬੇਸਿਕਲੀ ਬਿਹਾਰ ਦੇ ਬਹੁਤ ਕਾਬਿਲ ਟੀਚਰ ਸ਼੍ਰੀ ਆਨੰਦ ਕੁਮਾਰ ਜੀ ਦੇ ਜੀਵਨ ਤੇ ਬਣੀ ਸੀ, ਜਿਹਨਾਂ ਨੇ IIT ਦੇ ਵਿੱਚ ਉਹਨਾਂ ਬੱਚਿਆਂ ਨੂੰ ਪਹੁੰਚਾਇਆ ਸੀਗਾ ਕਿ ਜਿਹੜੇ ਬਿਲਕੁਲ ਦੱਬੇ ਕੁਚਲੇ ਸੀ, ਜਿਹਨਾਂ ਕੋਲੇ ਕੋਈ ਸਹਾਰਾ ਨਹੀਂ ਸੀ, ਕੋਈ ਪੜ੍ਹਨ ਲਈ ਪੈਨ ਕਾਪੀ ਕਿਤਾਬ ਪੈਨ ਨਹੀਂ ਸੀ, ਉਹਨਾਂ ਨੇ ਉਹਨਾਂ ਬੱਚਿਆਂ ਨੂੰ ਪੜ੍ਹਾਇਆ। ਤੇ IIT ਜਿਹੜੀ ਇੱਕ ਸਿਰਮੌਰ ਟੈਕਨੋਲੋਜੀ ਦੇ ਵਿੱਚ ਸੰਸਥਾਵਾਂ ਹੈਗੀਆਂ, ਜਿਹਨਾਂ ਵਿੱਚ ਜਾਣਾ ਹਰੇਕ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਮੈਂ IIT ਚੋਂ ਪੜ੍ਹਾਂ, ਉੱਥੋਂ ਤੱਕ ਉਹਨਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਆਪਣੀ ਇਹੋ ਜਿਹੀ ਸਮਾਜ ਸੇਵਾ ਦੀ ਇੱਕ ਪਿਰਤ ਪਾਈ ਹੈਗੀ ਅਧਿਆਪਕਾਂ ਦੇ ਵਿੱਚ, ਮੈਨੂੰ ਲੱਗਦਾ ਕਿ ਉਹ ਬੇਮਿਸਾਲ ਹੈਗੇ। ਔਰ ਉਸ ਤੋਂ ਆਨੰਦ ਕੁਮਾਰ ਵਰਗੇ ਬੰਦੇ ਤੋਂ ਤਾਂ ਸਾਰਿਆਂ ਨੂੰ ਹੀ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਆਪਣੇ ਪੱਧਰ ਤੇ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂਗੇ ਔਰ ਕਰਨਾ ਵੀ ਚਾਹੀਦਾ ਹੈਗਾ। ਦੂਜੀ ਗੱਲ, ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਉਹ ਆਪਣਾ ਜਿਹੜਾ ਵੱਡਾ ਸਰਮਾਇਆ, ਕਿਉਂਕਿ ਉਹਨਾਂ ਕੋਲ ਪੈਸਾ ਚੜ੍ਹਦਾ ਹੈਗਾ, ਪੈਸਾ ਦਿੰਦੇ ਆ ਲੋਕ ਧਾਰਮਿਕ ਸੰਸਥਾਵਾਂ ਨੂੰ, ਤਾਂ ਉਹ ਜਿਹੜਾ ਪੈਸਾ ਹੈਗਾ ਉਹ ਧਾਰਮਿਕ ਸੰਸਥਾਵਾਂ ਨਾਲੋਂ ਥੋੜਾ ਜਿਹਾ ਹੱਟ ਕੇ ਜਿਹੜਾ ਸਾਡੇ ਸਿੱਖਿਆ ਪ੍ਰਬੰਧ ਹੈਗੇ, ਐਜੂਕੇਸ਼ਨ ਹੈ, ਕਿਉਂਕਿ ਸਿੱਖਿਆ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਮਨੁੱਖ ਦੇ ਵਿਕਾਸ ਲਈ, ਉਸ ਪਾਸੇ ਜਿਹੜਾ ਪੈਸਾ ਇਨਵੈਸਟ ਕੀਤਾ ਜਾਣਾ ਚਾਹੀਦਾ ਹੈਗਾ। ਦੂਜੀ ਗੱਲ, ਜਿਹੜੇ ਲੋਕ ਵਪਾਰੀ ਹੈਗੇ, ਵਪਾਰ ਕਰਦੇ ਆ ਕੋਈ ਜਾਂ ਸਰਕਾਰੀ ਅਦਾਰਿਆਂ 'ਚ ਕੰਮ ਕਰਦੇ ਹੈਗੇ, ਉਹ ਵੀ ਆਪਣੇ ਭਾਈਚਾਰਿਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ, ਆਪਣਾ ਜਿਹੜਾ ਅਹੁਦਾ ਹੈਗਾ ਮੰਨ ਲਓ ਕਿਸੇ ਵੀ ਅਹੁਦੇ ਤੇ ਬੈਠੇ ਉਹਦੀ ਵਰਤੋਂ ਸਾਰਥਿਕ ਕਰ ਦੇਣ, ਇਹ ਵੀ ਇੱਕ ਸਮਾਜ ਸੇਵਾ ਹੀ ਹੈਗਾ। ਜਿਸ ਤਰ੍ਹਾਂ ਮੈਂ ਵਾਰ ਵਾਰ ਇੱਕ ਹੀ ਗੱਲ ਕਹਿ ਰਿਹਾ ਹਾਂ ਕਿ ਜੋ ਵੀ ਤੁਸੀਂ ਕੰਮ ਕਰਦੇ ਕਰੋ, ਉਸ ਨੂੰ ਸਹੀ ਤਰੀਕੇ ਨਾਲ ਕਰੋ, ਸਮਾਜ ਦੇ ਹਿੱਤ ਵਿੱਚ ਕਰੋ, ਇਹ ਵੀ ਸਮਾਜ ਸੇਵਾ ਹੈਗੀ। ਦੂਜੀ ਗੱਲ, ਜਿਹੜੇ ਸੇਵਾ ਮੁਕਤ ਅਫਸਰ ਹੈ, ਕਮੈਂਟਸ ਆਏ ਨੇ ਜੀ, ਮੈਂ ਮਾਫ ਕਰਨਾ ਤੁਹਾਨੂੰ ਇੰਟਰਪਸ਼ਨ ਵਾਸਤੇ। ਦਰਸ਼ਨ ਨੰਗਲ ਜੀ ਸਰ, ਬਹੁਤ ਸਾਡੇ ਸੂਝਵਾਨ ਔਰ ਬੜੇ ਬੜੇ ਮੈਂ ਸਮਝਦਾ ਸਿਆਣੇ ਸਰੋਤੇ ਨੇ, ਉਹਨਾਂ ਨੇ ਕਾਮੈਂਟ ਭੇਜਿਆ ਕਿ ਮਾਨ ਸਾਹਿਬ ਅੱਜ ਦੀ ਗੱਲਬਾਤ ਬਹੁਤ ਮੁੱਲਵਾਨ ਹੈ, ਇਹ ਮੁੱਲਵਾਨ ਇਸ ਕਰਕੇ ਲੱਗ ਰਹੀਆਂ ਕਿਉਂਕਿ ਇਹ ਉਸ ਇਨਸਾਨ ਦੇ ਮੁੱਖੋਂ ਨਿਕਲ ਰਹੀਆਂ ਜਿਸਨੇ ਦੁਸ਼ਵਾਰੀਆਂ ਖੁਦ ਹੰਢਾਈਆਂ ਨੇ ਅਤੇ ਮਿਹਨਤ ਨਾਲ ਇਹ ਰੁਤਬਾ ਪ੍ਰਾਪਤ ਕੀਤਾ, ਅਤੇ ਇਹਦੇ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ ਵੀ। ਇਸੇ ਤਰੀਕੇ ਦੇ ਨਾਲ ਬਲਬੀਰ ਬੱਬੀ ਜੀ, ਬਹੁਤ ਜਾਣੀ ਪਛਾਣੀ
शख्सियत ने और बहुत सोहना लिखते ने वख वख अखबारा विच लिखते ने ओ भी कह रहे ने कि बहुत वधिया गलबात हो रही है मान साहब। सो मेहरबानी दर्शन नंगल जी और शुक्रिया बलबीर बब्बी जी तुहाडे अपने कामेंट्स भेजण दा सानू बड़ा चंगा लगता है जदों फीडबैक दे विच सानू कुछ इस इहोजीआं चीजां जिहड़ियां सुणन नूं मिलदियां ने। लो जी साडे कोल तकरीबन मेरा ख्याल है कि 10-12 मिनट बाकी बचे ने ते होर की कहना चाहोगे जी? हाँ बिलकुल सर, बस ए, मैं नुक्ते सांझे कर रहा हाँ। मैं इत्थे सेवा मुक्त अफसर की गल कर रहा हाँ जिहड़े भी किसी नौकरी तो व्यापार तो रिटायर हो जाते, व्यापार तो खैर बंदा रिटायर नहीं हुंदा, नौकरियां तो जो सेवा मुक्त हो जाते हैं तो उन्होंने तो साढ़े समाज को बहुत ज्यादा उम्मीदा होंदिया ने, क्योंकि जो बंदा सेवा मुक्त हुंदा तो मोस्टली जिहड़ी उम्र 60-58 साल की हो चुकी हुंदी है, उदों तक वो जिहड़ा अपनियां परिवारक जिम्मेवारियां भी काफी हद तक समेट चुकिया हुंदा है, तो उदों जिहड़ा कोई पैसा धेला कढ़ना जां समां कढ़ना उहदे लई बहुत सौखा हुंदा है। इत्थे होरां लोकां नूं मैं जिथे बार बार मोटीवेट कर रहा उत्साहित कर रहा उत्थे जिहड़े साडे सेवा मुक्त अफसर हैगे सेवा मुक्त लोक हैगे उह इस पासे जरूर करन, क्योंकि उहनां नूं जिंदगी दा तजर्बा हुंदा, उहनां ने वख वख विभागां च कम कीता हुंदा, वख वख जगह ते प्रबंध कीता हुंदा, तो उह इस जिहड़ा समाज सेवा वाला प्रबंध है जां कोई संस्था चलाउणी हैगी उहनूं बेहतर चला सकदा, उहनां नूं तां डेफिनेटली पक्के तौर ते इह कम जरूर करना चाहीदा है, क्योंकि उहनां कोले इह चीजां ईजली अवेलेबल हुंदियां ने। दूजी गल इन्होंने मैं एक गल होर कहांगा कि जिहड़ा मैं आपां आदर्श पिंडां दी गल कीती NRI भाईचारे की गल है, तो NRI भाईचारा भी इस पासे नूं जरूरत रहे कि जरूरी नहीं हैगा कि सिर्फ धार्मिक कम्मां ते ही पैसा देना, समाज की बेहतरी लई सिक्ख्या की बेहतरी लई जां जिहड़े समाज नूं होर चंगा बनाउण लई उह अपना पैसे का योगदान जरूर देण। तां इक जिहड़ी गल लास्ट ते मैं इह कहांगा कि जिहड़े बच्चे किसे भी तों भी कोई मदद लैंदे है चाहे मदद नहीं भी लेंदे जां समाज दे विच रहिंदे, क्योंकि समाज ने तां उहनां नूं एक सुरक्षा प्रदान कीती है कि सब चीजां उत्थों मिलदियां हैं, अगर उत्थों उह लै के तरक्की करदे आ तां इस नुक्ते नूं अज अपने दिमाग दे विच अपने ज़हन दे विच बिठा लैण कि जिवें जिवें असीं तरक्की करांगे जिवें जिवें असीं ग्रो करांगे उसे तरह असीं अपने समाज नूं अपने वल्लों कुछ मोड़न दी जिहड़ी गल है उह असीं लैके चलांगे जरूर करांगे। लास्ट दे विच मैं अध्यापकां नूं बार बार यही गल कहांगा कि तुसीं सब तों वड्डा जिहड़ा पे बैक है कर सकदे होगे जिहड़े तुहाडे कोल विद्या दा एड्डा वड्डा भंडार हैगा, क्योंकि विद्या वंडण नाल वधदी है, तां तुसीं अपने जिहड़े जिस विशे 'च तुसीं माहिर हो उसकी मुफ्त ट्यूशन पढ़ा सकदे हो, बच्चों नूं गाइड कर सकदे हो आनंद कुमार तों तुसीं जिहड़े बिहार दे बहुत अच्छे अध्यापक हैगे सुपर 30 दे निर्माता हैगे और उहनां तों भी तुसीं सीध लै के अपना इह काम कर सकदे होगे। और एक गल मैं फिर कहां कि कहंदे आ कि एक जंगल दे विच कोई अग लग गई सी ते चिड़ी सी जिहड़ी उह अग नूं बुझाउण लई अपनी चुंझ पानी दी भर के पाई रही सी, कोई दूजा जिहड़ा जानवर सी कहंदे उह हस रिहा सीगा वी देखदे आं कि अग बुझाऊगी कि नहीं, तां उह चिड़ी ने इह गल कही सीगी कि मैनूं पता कि मेरी चुंझ नाल अग तां नहीं बुझण लगी जिहड़ा जिन्ना क पानी मैं इहदे च पाउणी आ, पर जिस दिन अग बुझाउण दा इतिहास लिखिआ जाऊगा ना तां उस दिन मेरी इह चुंझ च भरे पानी दा वी इतिहास लिखिआ जाऊगा। तो इस करके साडे कोल जिन्ना वी असीं जोगे आंगे जिन्ना क साडे कोल सरमाया हैगा उस दे हिसाब नाल उस दी वैल्यू जानदे होए और समाज नूं अपने वल्लों मोड़न की कोशिश की जानी थी और चिड़ी तो जरूर प्रेरणा लै लेनी चाहीदी है, अगर वह कोशिश कर सकती है तो सानू भी कोशिश करनी चाहीदी है। और एक जिहड़ा शायर है कुंवर बेचैन उन्हें बड़े कमाल की गल कही है जो मेरे दिल नूं लगी है कि तुम्हारे दिल की चुभन भी जरूर कम हो गई किसी के पाम से कांटा निकाल कर तो देखो, मतलब साडे दिल की जिहड़ी दर्द है वह घट हो जूगा अगर असीं किसी के पैर चों वज्जिया होया कंडा कढ दईए, मैनु लगदा कि इह कोशिश सानू लाजमी कर देनी चाहीदी है। जी सर, एक होर भी गल जिहड़ी ओह विश्व पद्धर दी गल है, मैं वेखदा वेस्टर्न दुनिया दे विच जिहड़े धन कुबेर ने ओह अपना काफी वड्डा हिस्सा जिहड़ा हैगा ओह चैरिटी दे विच पाउंदे ने, साडे वाले साडे वर्गे मुल्कां दे विच जिहड़े साडे धन कुबेर ने उत्थे उन्हां दा कदी बहुता सुनिया नहीं इस किस्म की गल, लेकिन लोक आवाज़ की गल ही हुंदी है। असी अज इत्थे गल कर रहे हैं तो ये कित्थों कित्थों तक आवाज़ जा रही है और हो सकता है ये आवाज़ जिहड़ी हैगी उन्हां दे कन्नां तक भी पहुँचे। वह धन कुबेर जिहड़े हैगे ने वह बने किवें ने जे वेख लिया जाए तो आपां उहदी कोई बहुता टैक्नीकल पार्ट विच ना भी जाइए तो वह साफ ही पता है ਵੀ ਅਸੀਂ ਉਹਨਾਂ ਦੀਆਂ ਸਰਵਿਸਿਜ਼ ਲੈ ਰਹੇ ਹਾਂ
ਅਸੀਂ ਹੀ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਐਨਰਜੀ ਬਣੇ ਹੋਏ ਹਾਂ, ਅਸੀਂ ਉਹਨਾਂ ਦਾ ਆਪਣੀਆਂ ਲੋੜਾਂ ਪੂਰਾ ਕਰਨ ਵਾਸਤੇ ਉਹਨਾਂ ਦੇ ਕੋਲ ਜਾਂਦੇ ਹਾਂ। ਤੋ ਇਹ ਜਿਹੜੇ ਸਾਰੇ ਲੋਕ ਨੇ ਉਹਨਾਂ ਦੀ ਬਦੌਲਤ ਹੀ ਉਹ ਬਣਦੇ ਨੇ ਧਨ ਕੁਬੇਰ ਵੀ, ਤੇ ਉਹਨਾਂ ਦਾ ਮੇਰਾ ਖਿਆਲ ਹੈ ਇਹ ਆਪਣੀ ਸੁਸਾਇਟੀ ਪ੍ਰਤੀ ਇੱਥੇ ਜਿਵੇਂ ਲੱਗਦਾ ਹੈਗਾ ਵੀ ਕਾਫੀ ਪੈਸਾ ਜਿਹੜਾ ਹੈਗਾ ਉਹ ਨਿਹਰਾ, ਇਹ ਨਹੀਂ ਵੀ ਅਮਰੀਕਾ ਦੇ ਹੀ, ਉਹ ਮਤਲਬ ਵੀ ਉਹ ਥਾਵਾਂ ਦੇ ਉੱਪਰ ਜਿੱਥੇ ਜ਼ਰੂਰਤ ਹੈ ਉੱਥੇ ਉਹ ਪੈਸਾ ਜਿਹੜਾ ਹੈਗਾ ਉਹ ਲਾਉਂਦੇ ਨੇ। ਇਹ ਤਾਂ ਸਾਫ਼ ਲੱਗਦਾ ਵੀ ਉਹਨਾਂ ਦੀ ਕੋਈ ਇਹੋ ਜਿਹੀ ਕੋਈ ਰਿਟਰਨ ਨਹੀਂ ਐਕਸਪੈਕਟ ਕਰ ਰਹੇ ਉਹ, ਬਲਕਿ ਉਸ ਦਾਨ ਨੂੰ ਸਹੀ ਦਾਨ ਸਮਝ ਕੇ ਹੀ, ਜਿੱਥੇ ਸਮਝਦੇ ਨੇ ਵੀ ਇਸ ਜਗ੍ਹਾ ਦੇ ਉੱਪਰ ਸਾਡਾ ਜਿਹੜਾ ਦਿੱਤਾ ਹੈਗਾ ਇਹ ਵਧੇਰੇ ਫਲੂਗਾ, ਤਾਂ ਇਹ ਐਸੋ ਮੇਰਾ ਖਿਆਲ ਹੈ ਵੀ ਆਪਾਂ ਇਹ ਗੱਲ ਵੀ ਨਾਲ ਨਾਲ ਕਰਦੇ ਜਾਈਏ, ਔਰ ਜਿਹੜੇ ਸਾਡੇ ਵਿੱਚ ਸੁਣਦੇ ਪਏ ਲੋਕ ਨੇ ਉਹ ਵੀ ਆਪਣੀ ਸਮਰੱਥਾ ਮੁਤਾਬਕ ਥੋੜੇ ਥੋੜਾ ਬਹੁਤ ਤੇ ਬਹੁਤਾ ਜਿੰਨਾ ਵੀ ਕੋਈ ਕਰ ਸਕਦਾ ਹੈਗਾ, ਇਹ ਨਿਹਰੀ ਕਿਸੇ ਹੋਰ ਤੱਕ ਨਹੀਂ, ਇਹ ਸਾਡੇ ਸਾਰਿਆਂ ਤੱਕ ਵੀ ਇਹ ਗੱਲ ਜਿਹੜੀ ਹੈਗੀ ਪਹੁੰਚਣੀ ਚਾਹੀਦੀ ਹੈ ਕਿ ਅਸੀਂ ਵੀ ਉਹਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋਈਏ ਜੀ। ਹਾਂ ਬਿਲਕੁਲ ਸਰ, ਇਹ ਬਿਲਕੁਲ ਸੱਚੀ ਗੱਲ ਕਹੀ ਹੈ, ਇਹ ਪੁਆਇੰਟ ਹੈਗਾ, ਕਿਉਂਕਿ ਜਿਸ ਤਰ੍ਹਾਂ ਵੀ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਸਮਾਜ ਨੇ ਹੀ ਦਿੱਤਾ ਔਰ ਸਮਾਜ ਨੂੰ ਅਸੀਂ ਲਟਾਉਣਾ ਗਾ, ਮਤਲਬ ਵਾਪਸ ਕਰਨਾ ਗਾ, ਤਾਂ ਜਿੰਨੇ ਵੀ ਜੋ ਧਨ ਦੇ ਕੁਬੇਰ ਹੈਗੇ ਜਿਨ੍ਹਾਂ ਨੂੰ ਵੀ ਜਿਨ੍ਹਾਂ ਨੇ ਲੋਕਾਂ ਨੇ ਵੀ ਪੈਸਾ ਕਮਾਇਆ, ਅਲਟੀਮੇਟ ਕਮਾਇਆ ਤਾਂ ਸਮਾਜ ਦੇ ਵਿੱਚ ਹੀ ਹੈਗਾ, ਅਗਰ ਉਹਦਾ ਕੁਛ ਹਿੱਸਾ ਅਸੀਂ ਆਪਣੇ ਸਮਾਜ ਨੂੰ ਮੋੜੀਏ ਤਾਂ ਇਹ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਗੱਲ ਹੋਊਗੀ, ਇਸ ਤਰ੍ਹਾਂ ਹੀ ਜਿਹੜਾ ਸਾਡੇ ਜਿਹੜੇ ਸਮਾਜ ਦੀ ਹੈਗੀ ਉਹ ਦਿਸ਼ਾ ਤੇ ਦਸ਼ਾ ਬਦਲ ਸਕਦੀ ਹੈ ਔਰ ਉਹ ਇੱਕ ਚੰਗਾ ਸਮਾਜ ਸਿੱਜ ਸਕਦੇ ਹਾਂ ਅਸੀਂ। ਔਰ ਮੇਰਾ ਤਾਂ ਮੰਨਣਾ ਇਹੀ ਹੈਗਾ ਕਿ ਜੋ ਮੈਂ ਅਕਸਰ ਹੀ ਇਹ ਗੱਲ ਕਹਿਣਾ ਗਾ ਕਿ ਮੈਨੂੰ ਕਿਸੇ ਨੇ ਪੁੱਛਿਆ ਸੀ ਇੱਕ ਵਾਰ ਕਿ ਤੁਸੀਂ ਬਾਲ ਮਜ਼ਦੂਰੀ ਤੇ ਬਹੁਤ ਲਿਖਦੇ ਹੋਗੇ, ਬੱਚਿਆਂ ਬਾਰੇ ਹਮੇਸ਼ਾ ਗੱਲ ਕਰਦੇ ਹੋ, ਉਹਨਾਂ ਦੀ ਪੜ੍ਹਾਈ ਦੀ ਗੱਲ ਕਰਦੇ ਹੋ, ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਬਾਲ ਮਜ਼ਦੂਰੀ ਖਤਮ ਹੋ ਸਕਦੀ, ਇਹ ਤਾਂ ਸੌਖਾ ਹੀ ਤਰੀਕਾ ਹੈਗਾ। ਉਹ ਕਹਿੰਦੇ ਕਿਸ ਤਰ੍ਹਾਂ, ਕਿ ਜਿਸ ਤਰ੍ਹਾਂ ਪਿੰਡ ਦੇ ਵਿੱਚ ਕੋਈ 5-7 ਬਾਲ ਮਜ਼ਦੂਰ ਹੈਗੇ ਜਾਂ ਜਿਹੜੇ ਸੀਰੀ ਜਾਂ ਦਿਹਾੜੀ ਮਜ਼ਦੂਰੀ ਕਰਦੇ ਹੈ, ਤਾਂ ਜਿਹੜੀ 1500-1800 ਦੀ ਆਬਾਦੀ ਹੈਗੀ ਉਹਨਾਂ ਲਈ ਉਹ 5 ਬੱਚਿਆਂ ਦਾ ਖਰਚਾ ਕਿੰਨਾ ਕੁ ਵੱਡੀ ਗੱਲ ਹੈ, ਕਿੰਨਾ ਕੁ ਮੁਸ਼ਕਿਲ ਹੈਗਾ, ਕਿੰਨਾ ਕੁ ਉਹਨਾਂ ਤੇ ਖਰਚਾ ਆ ਜਾਏਗਾ। ਤਾਂ 1500-1800 ਦੀ ਆਬਾਦੀ ਉਹਨਾਂ 5 ਬਾਲ ਮਜ਼ਦੂਰਾਂ ਨੂੰ ਕੱਢ ਸਕਦੇ, ਇਸ ਤਰ੍ਹਾਂ ਜੇ ਪੂਰਾ ਦੇਸ਼ ਚਾਹੇ ਤਾਂ ਇਹ ਜਿਹੜਾ ਕਲੰਕ ਹੈਗਾ, ਇਹ ਜਿਹੜਾ ਦੁਸ਼ਵਾਰੀਆਂ ਦਾ ਕਲੰਕ ਹੈਗਾ, ਇਹ ਅਸੀਂ ਇਸਨੂੰ ਧੋ ਸਕਦੇ ਹਾਂ, ਬਹੁਤ ਸੌਖਾ ਕੰਮ ਹੈ। ਔਰ ਮੇਰਾ ਅੰਤ ਦੇ ਵਿੱਚ ਤਾਂ ਮੈਂ ਇਹੀ ਕਹਾਂਗਾ ਕਿ ਮੇਰਾ ਤਾਂ ਜੋ ਇਸ ਵਿਸ਼ੇ ਨੂੰ ਲੈ ਕੇ, ਇਸ ਮੰਤਵ ਨੂੰ ਲੈ ਕੇ ਜਿਹੜਾ ਮੇਰਾ ਤਾਂ ਮੰਨਣਾ ਇਹ ਹੈਗਾ ਕਿ ਜਿਸ ਦਿਨ ਮੇਰੇ ਸਮਾਜ ਦੇ ਸਾਰੇ ਜਾਂ ਜਿਸ ਤਰ੍ਹਾਂ ਕਹੀਏ ਕਿ ਪੂਰੇ ਭਾਰਤੀ ਸਮਾਜ ਦੇ ਬੱਚੇ ਡਾਕਟਰ ਅੰਬੇਡਕਰ ਵਰਗੇ ਸੰਘਰਸ਼ੀ ਬਣ ਗਏ, ਕਿਉਂਕਿ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ, ਸਾਰੇ ਅਸੀਂ ਜਾਣਦੇ ਹਾਂ, ਤੇ ਜਿਸ ਤਰ੍ਹਾਂ ਉਹਨਾਂ ਨੇ ਵਿਦਿਆ ਪ੍ਰਾਪਤੀ ਲਈ ਉਹਨਾਂ 'ਚ ਜਨੂੰਨ ਸੀਗਾ, ਇੱਕ ਜਜ਼ਬਾ ਸੀਗਾ, ਇਸ ਤਰ੍ਹਾਂ ਸਾਡੇ ਬੱਚੇ ਵੀ ਅਗਰ ਜਨੂੰਨੀ ਹੋ ਗਏ ਤਾਂ ਇਹ ਪਦਵੀਆਂ ਜਿਹੜੀਆਂ ਹੈਗੀਆਂ ਇਹ ਅਹੁਦੇ ਹੈਗੇ ਇਹਨਾਂ ਦੇ ਪਿੱਛੇ ਘੁੰਮਣਗੇ। ਇਹ ਬਿਲਕੁਲ ਸੱਚੀ ਹੈ, ਜੋ ਜਨੂੰਨੀ ਬੰਦਾ ਹੁੰਦਾ, ਜਿਹੜੇ ਮਿਹਨਤ ਕਰਦਾ, ਹਾਰਡਵਰਕ ਕਰਦਾ ਹੈਗਾ, ਪ੍ਰਤਿਭਾ ਦਾ ਮਾਲਕ ਹੁੰਦਾ, ਖਾਸ ਕਰਕੇ ਜਿਹਦੇ ਵਿੱਚ ਟੈਲੈਂਟ ਹੁੰਦਾ ਹੈਗਾ, ਉਹਦੇ ਅੱਗੇ ਪਿੱਛੇ ਦੌਲਤ, ਸ਼ੋਹਰਤ, ਐਸ਼ੋ ਆਰਾਮ ਘੁੰਮਦੇ ਹੈਗੇ, ਇਹ ਸਾਡੇ ਬੱਚਿਆਂ ਦੇ ਪਿੱਛੇ ਵੀ ਘੁੰਮਣਗੇ। ਇਹ ਜਿਹੜੇ ਬੱਚੇ ਆ, ਇਹੀ ਜਿਹੜੇ ਲੋਕ ਆ, ਜਦੋਂ ਕਿਸੇ ਪਦਵੀਆਂ ਤੇ ਪਹੁੰਚ ਗਏ, ਅਹੁਦਿਆਂ ਤੇ ਪਹੁੰਚ ਗਏ, ਇਹਨਾਂ ਨੇ ਆਪਣੇ ਸਮਾਜ ਦੇ ਦਰਦ ਨੂੰ ਮਹਿਸੂਸ ਕੀਤਾ ਤੇ ਜਿਹੜਾ ਸਮਾਜ ਨੂੰ ਆਪਣੇ ਵੱਲੋਂ ਕੁਝ ਵਾਪਸ ਮੋੜਨ ਦਾ ਅਨਮੋਲ ਨੁਕਤਾ ਜਿਹੜਾ ਅੱਜ ਅਸੀਂ ਇੱਥੇ ਅੱਜ ਗੱਲ ਕਰਦੇ ਪਏ ਹਾਂ, ਇੱਕ ਨੁਕਤੇ ਦੀ ਸਾਂਝ ਪਾ ਰਹੇ ਹਾਂ ਆਪਣੇ ਦਰਸ਼ਕਾਂ ਨਾਲ, ਸਰੋਤਿਆਂ ਨਾਲ, ਅਗਰ ਉਹਨਾਂ ਨੇ ਇਹ ਨੁਕਤਾ ਫੜ ਲਿਆ ਤਾਂ ਮਨੁੱਖਾਂ ਦੀ ਤਾਂ ਗੱਲ ਹੀ ਛੱਡੋ, ਜਿਹੜਾ ਸਾਡਾ ਕੁਦਰਤ ਦਾ ਹਰ ਜੀ ਇੱਕ ਚੰਗੇਰੀ ਜਿਹੜੀ ਚੰਗੀ ਦੁਨੀਆ ਵੱਲ ਰੁੱਖ ਕਰ ਲਊਗਾ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹੋ ਜਿਹਾ ਇੱਕ ਜਜ਼ਬਾ ਸਾਡੇ ਸਾਰਿਆਂ ਦੇ ਵਿੱਚ ਹੋਵੇ, ਸਾਰੇ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਸਾਡੇ ਜਿਹੜੇ ਲੋਕ ਹੈਗੇ ਉਸ ਤਰ੍ਹਾਂ ਦੇ ਸੰਘਰਸ਼ੀ ਬਣ ਜਾਣ, ਜਨੂੰਨੀ ਬਣ ਜਾਣ, ਔਰ ਸਮਾਜ ਨੂੰ ਆਪਣੇ ਵੱਲੋਂ ਵਾਪਸ ਮੋੜਨ ਦੀ ਇੱਕ ਅਜਿਹਾ ਜਜ਼ਬਾ ਅਸੀਂ ਪੈਦਾ ਕਰ ਲਈਏ, ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ, ਆਪਣੇ ਵੱਲੋਂ ਕੁਝ ਨਾ ਕੁਝ ਮੋੜ ਦੀ ਜਿਹੜੀ ਆਦਤ ਹੈ ਉਹ ਪਾ ਲਈਏ। ਜੀ ਸਰ, ਮਿਹਰਬਾਨੀ ਡਾਕਟਰ ਸਾਹਿਬ। ਇੱਕ ਮੈਂ ਜਾਂਦਿਆਂ ਜਾਂਦਿਆਂ ਇੱਕ ਨਜ਼ਮ ਹੈਗੀ ਹੈ ਮੈਂ ਪੜ੍ਹਨੀ ਚਾਹਾਂਗਾ, ਪਤਾ ਨਹੀਂ ਉਹ ਕਿੰਨੀ ਕੁ ਪੜ੍ਹੀ ਜਾਵੇ, ਸਮਾਂ ਕਿੰਨਾ ਕੁ ਹੈਗਾ। ਇਹ ਨਜ਼ਮ ਹੈਗੀ ਹੈ, ਡਾਕਟਰ ਸੁਖਪਾਲ ਵੈਟਰਨਰੀ ਡਾਕਟਰ ਨੇ, ਬਹੁਤ ਅੱਛਾ ਲਿਖਦੇ ਨੇ ਜੀ ਸਰ, ਔਰ ਥਿੰਕਰ ਨੇ, ਔਰ ਉਹਨਾਂ ਦਾ ਵੀ ਸਮਾਜ ਪ੍ਰਤੀ ਖਾਸ ਕਰਕੇ ਨਵੇਂ ਸਾਲ ਲਈ ਇੱਕ ਸੁਨੇਹਾ ਹੀ ਹੈ ਜਿਹੜਾ ਉਹਨਾਂ ਨੇ ਆਪਣੀ ਨਜ਼ਮ ਦੇ ਵਿੱਚ ਦਿੱਤਾ ਹੈ, ਤੇ ਮੈਂ ਉਹ ਸ਼ੇਅਰ ਕਰਨੀ ਚਾਹਾਂਗਾ। ਮੇਰਾ ਖਿਆਲ ਹੈ ਲਓ ਜੀ ਉਹ ਹੈਗੀ ਹੈ, ਹਾਂ ਮੈਂ ਕਿੱਥੋਂ ਸ਼ੁਰੂ ਕਰਾਂ। ਹਾਂਜੀ, ਉਹ ਕਹਿੰਦੇ ਨੇ ਐ ਮਨ ਯਤਨ ਇਹ ਕਰਨਾ ਕਿ ਹਰ ਪਲ ਕੋਮਲ ਰਹਿਣਾ, ਕੋਮਲ ਹੱਥੀਂ ਛੋਣਾ ਸਭ ਕੁਝ, ਸਾਹ ਨੂੰ ਹੌਲੀ ਦੇਣੀ ਕੋਮਲ ਸੱਦਣਾ, ਪੱਬ ਵੀ ਧਰਨੇ ਕੋਮਲ ਕੋਮਲ, ਅੱਖਾਂ ਹੱਥਾਂ ਰਸਨਾ ਸੰਗ ਜੋ ਕਹਿਣਾ,
ਕੋਮਲ ਹੀ ਕੁਛ ਕਹਿਣਾ। ਜਦ ਜੰਮੇ ਸਾਂ ਅਸੀਂ ਸਾਂ ਕੋਮਲ, ਸਾਡੀ ਇਹ ਇੱਕ ਇੱਕ ਛੋਹ ਸੀ ਕੋਮਲ, ਇੱਕ ਇੱਕ ਹਿਲਜੁਲ ਕੋਮਲ। ਦਾਸ ਕਬੀਰ ਜਤਨ ਸੇ ਓੜੀ, ਜਿਉਂ ਕੀ ਤਿਉਂ ਤਰ ਦੀਨੀ ਚਦਰੀਆ। ਦਾਸ ਕਬੀਰ ਯਤਨ ਸੇ ਓੜੀ, ਜਿਉਂ ਕੀ ਤਿਉਂ ਤਰ ਦੀਨੀ ਚੰਦਰੀਆ ਚਦਰੀਆ। ਅਸਾਂ ਵੀ ਸਾਈਂ ਦੇ ਘਰ ਕੋਮਲ ਰਹਿ ਪਰਤਨਾ, ਤੌਲ ਧਰਮ ਜੇ ਪੂਤ ਦਇਆ, ਤਾਂ ਕੋਮਲਤਾ ਧੀ ਕਰਨਾ ਦੀ, ਕਰਨਾ ਧੀ ਧੀਰਜ ਦੀ, ਧੀਰਜ ਰੱਖਣਾ ਕਾਹਲੀ ਵਿੱਚ ਨਾ ਕਿਧਰੇ ਕਰਨਾ। ਜਿਸ ਮਨ ਵਿੱਚ ਇਹ ਦੁੱਖ ਉਭਰੇ, ਅਨਿਆਂ ਜਾਂ ਅਪਮਾਨ ਘਟੇ, ਬਦਲਾ ਜਾਗੇ, ਹਿੰਸਾ ਉੱਠੇ, ਚੁੱਪ ਹੋ ਜਾਣਾ ਜਦ ਤੱਕ ਅੰਦਰ ਵਗਦੀ ਹਨੇਰੀ ਠਲ ਨਾ ਜਾਵੇ, ਚੁੱਪ ਹੀ ਰਹਿਣਾ, ਫਿਰ ਜੋ ਕਰਨਾ ਕੋਮਲ ਹੋ ਕੇ ਕਰਨਾ। ਲੜਨਾ ਕੇਵਲ ਉਹਨਾਂ ਕ ਅਨਿਆਂ ਰੋਕਣ ਲਈ ਲੋੜੀਂਦਾ ਜਿੰਨਾ ਕ ਭਾਜ ਤਾਂ ਦੇਣੀ ਦੁਸ਼ਮਣ ਨੂੰ, ਪਿੱਛਾ ਨਾ ਕਰਨਾ, ਉਸ ਨੂੰ ਉਸ ਘਰ ਪਰਤਣ ਦੇਣਾ ਜਿੱਥੇ ਪੁੱਜੋ ਲੜਨਾ ਭੁੱਲ ਸਕੇ, ਉਹ ਵੀ ਕੋਮਲ ਹੋ ਸਕੇ, ਉਹ ਵੀ ਚਾਦਰ ਜਿਉਂ ਕੀ ਤਿਉਂ ਕੀ ਤਿਉਂ ਦੀ ਧਰ ਸਕੇ। ਐ ਮਨ ਇਹ ਜੋ ਨਵਾਂ ਵਰਾ ਚੜਿਆ ਹੈ, ਮੈਨੂੰ ਪਤਾ ਨਹੀਂ ਤੇਰੇ ਲਈ ਕਿੰਨਾ ਕੁ ਹੈ। ਇਹ ਜੋ ਨਵਾਂ ਵਰਾ ਚੜਿਆ ਹੈ, ਮੈਨੂੰ ਪਤਾ ਨਹੀਂ ਤੇਰੇ ਲਈ ਕਿੰਨਾ ਕੁ ਹੈ, ਪਰ ਜਿੰਨਾ ਕੁ ਵੀ ਬਚਿਆ ਹੈ ਵੇਲਾ ਕੋਲ ਤੇਰੇ, ਉਸ ਵਿੱਚ ਔਖਾ ਕੰਮ ਇਹ ਕਰਨਾ, ਪਲ ਪਲ ਕੋਮਲ ਰਹਿਣਾ, ਪਲ ਪਲ ਕੋਮਲ ਰਹਿਣਾ। ਬਹੁਤ ਸੰਵੇਦਨਸ਼ੀਲ ਕਰਤਾ ਹੈ, ਬਹੁਤ ਹੀ ਬਰੀਕੀ ਵਾਲੀ ਹੈ, ਲੇਕਿਨ ਮੈਸੇਜ ਬਹੁਤ ਉਹਦੇ ਪਿੱਛੇ ਜਿਹੜਾ ਹੈਗਾ ਬਹੁਤ ਸੰਵੇਦਨਸ਼ੀਲ ਹੈ। ਮੇਰੇ ਅਗਲੇ ਸਾਥੀ ਜਿਹੜੇ ਹੈਗੇ ਨੇ, ਉਹਨਾਂ ਨੇ ਮੈਨੂੰ ਇੰਡੀਕੇਟ ਕਰਤਾ, ਉਹ ਮਾਈਕ੍ਰੋਫੋਨ ਲੈ ਕੇ ਤਿਆਰ ਨੇ, ਅਤੇ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਲਈ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਵਾਂਗੇ। ਡਾਕਟਰ ਸਾਹਿਬ ਬਹੁਤ ਮਿਹਰਬਾਨੀ ਜੀ ਸਮਾਂ ਦੇਣ ਵਾਸਤੇ, ਫਿਰ ਵੀ ਸਬੱਬ ਬਣਿਆ ਤਾਂ ਕਿਸੇ ਵੇਲੇ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਰਾਬਤਾ ਕਰਾਂਗੇ। ਮੇਰਾ ਖਿਆਲ ਹੈ ਕਿ ਸਰੋਤੇ ਜਿਵੇਂ ਦੱਸ ਰਹੇ ਨੇ, ਉਹਨਾਂ ਨੂੰ ਇਹ ਪ੍ਰੋਗਰਾਮ ਜਿਹੜਾ ਹੈਗਾ ਪਸੰਦ ਆਇਆ, ਔਰ ਸਾਡਾ ਯਤਨ ਵੀ ਹੁੰਦਾ ਕਿ ਕੋਈ ਇਹੋ ਜਿਹੀ ਚੀਜ਼ ਪੇਸ਼ ਕੀਤੀ ਜਾਵੇ ਜਿਹਨੂੰ ਚੰਗੇ ਤਰੀਕੇ ਨਾਲ ਰਿਸੀਵ ਵੀ ਕੀਤਾ ਜਾਵੇ। ਸੋ ਮੈਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹਵਾਂਗਾ। ਅਗਲੇ ਪ੍ਰੋਗਰਾਮ ਦੀ ਦਾਵਤ ਦਿੰਦਿਆਂ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ। ਰੱਬ ਰਾਖਾ ਜੀ, ਫਿਰ ਮਿਲਦੇ ਹਾਂ ਜੀ, ਸ਼ੁਕਰੀਆ ਜੀ।